ਸਵਾਗਤ ਹੈ ਜੀ ਤੁਹਾਡਾ ਮੁੜ ਤੋਂ ਰੇਡੀਓ ਸਾਇੰਸ ਜ਼ੈਡ 107 FM ਪ੍ਰੋਗਰਾਮ ਪੱਖ ਦੇ ਮਸਲੇ ਵਿੱਚ ਆਪਾਂ 4:07 ਹੋਏ ਆ ਜੀ ਸਾਡੇ ਕੋਲ ਅਤੇ ਤਕਰੀਬਨ 50 ਮਿੰਟ 52-53 ਮਿੰਟ ਹੈਗੇ ਆ ਆਪਾਂ 5 ਵਜੇ ਸਮਾਪਤੀ ਕਰਨੀ ਆ ਹੁਣ ਜੇ ਕਿਸੇ ਵੀਰ ਨੇ ਆਪਣੀ ਭੈਣ ਨੇ ਕਿਸੇ ਨੇ ਵੀਰ ਕਹਿ ਜਾਂਦਾ ਫਿਰ ਉਹਦਾ ਇਤਰਾਜ਼ ਹੁੰਦਾ ਹੁੰਦਾ ਭਾਈ ਉਹਦਾ ਵੀਰ ਦਾ ਮਤਲਬ ਇਹ ਹੁੰਦਾ ਹੁੰਦਾ ਸਰੋਤਾ ਵੀ ਕਿਸੇ ਵੀਰ ਭੈਣ ਨੇ ਕਿਸੇ ਸਰੋਤੇ ਨੇ ਚਲੋ ਕਿਸੇ ਸਰੋਤੇ ਨੇ ਕੋਈ ਔਨ ਏਅਰ ਗੱਲ ਕਰਨੀ ਹੋਵੇ ਤਾਂ ਉਹ ਫੋਨ ਕਰ ਲਿਓ ਤੇ ਆਪਾਂ ਗੱਲ ਜਿਹੜੀ ਆ ਉਹ ਅੱਗੇ ਸਾਡੇ ਨਾਲ ਸਰੋਤੇ ਹੋ ਵੀ ਗਏ ਆ ਹਾਂਜੀ ਸਵਾਗਤ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ ਹਾਂਜੀ ਗੁਰੂ ਫਤਿਹ ਜੀ ਭਾਈ ਸਾਹਿਬ ਜੀ ਤੁਸੀਂ ਗੁੱਸਾ ਨਾ ਕਰਿਆ ਕਰੋ ਗੱਲ ਇਹ ਹੈਗੀ ਜਿਨ੍ਹਾਂ ਨੇ ਗੁਰੂ ਨੂੰ ਬਖਸ਼ਿਆ ਇਹਨਾਂ ਨੂੰ ਪੜ੍ਹਾਈ ਇਹ ਹੀ ਆ ਮੈਂ ਆਪਣਾ ਨਾਮ ਵੀ ਦੱਸਦਾ ਤੁਹਾਨੂੰ ਇਕੱਲਿਆਂ ਨੂੰ ਗਾਲਾਂ ਕੱਢ ਸਾਨੂੰ ਵਿਗਾੜ ਲੈਣਾ ਫਿਰ ਮੈਂ ਚੇਤਨ ਸਿੰਘ ਆ ਜੀ ਛੇ ਟਕ ਸਾਲੀਆਂ ਨੇ ਇਹਨੂੰ ਗਿਆਨ ਦਿਆ ਗਿਆਨ ਦਾ ਸਾਨੂੰ ਹੱਥ ਬੰਦਾ ਦੱਸਦੇ ਸਨ ਜਰਨੈਲ ਸਿੰਘ ਤੋਂ ਜ਼ਿਆਦਾ ਗਿਆਨੀ ਆ ਭਾਜੀ ਸਨ ਜਰਨੈਲ ਸਿੰਘ ਨੂੰ ਇਹਨੂੰ ਪੜ੍ਹਿਆ ਹੁੰਦਾ ਚੌਵੀ ਸੰਤੋਖ ਸੋਨੂੰ ਤਾਂ ਇਹ ਗੱਲਾਂ ਕੋਈ ਬਰਦਾਸ਼ਤ ਨਹੀਂ ਕਰਦਾ ਇਹ ਬਾਬਾ ਦੀਪ ਸਿੰਘ ਨਾਲ ਮੱਤ ਜੋੜਨ ਵੀ ਅਸੀਂ ਬਾਬਾ ਦੀਪ ਸਿੰਘ ਚੱਲੀਓ ਟਕਸਾ ਲਿਆ ਝੂਠ ਆ ਜੀ ਉਹ ਗੁਰੂ ਨਿਸ਼ਾਵਰ ਕਰਨ ਵਾਲਾ ਸੀ ਇਹ ਗੁਰੂ ਦੇ ਨਾਂ ਕੀ ਕੁਛ ਮੜ ਰਹੇ ਆ ਇਹਨੂੰ ਦੋਨਾਂ ਨੂੰ ਬਰਾਬਰ ਕਰਕੇ ਦੇਖੋ ਟਕਸਾਲ ਉੱਥੋਂ ਚੱਲੀਓ ਕਿੱਥੋਂ ਚੱਲੀਓ ਆ ਜਿਸ ਗੁਰੂ ਨਾਨਕ ਦੇਵ ਜੀ ਨੇ 9 ਸਾਲ ਦੇ ਵਿੱਚ ਚੈਲੰਜ ਕਰ ਦਿੱਤਾ ਸੀ ਉਹਦੇ ਉਲਟ ਤਾਂ ਸਾਰਾ ਕੁਛ ਮੜਿਆ ਇਹਨਾਂ ਦੇ ਕਵੀਆਂ ਨੇ ਗਾਲਾਂ ਤਾਂ ਗੁਰੂ ਨੂੰ ਕੱਢ ਰਹੇ ਸਾਨੂੰ ਕਿਨ ਬਖਸ਼ਣਾ ਕੋਈ ਸ਼ੱਕ ਨਹੀਂ ਇਹਨਾਂ ਦੀ ਧੀਆਂ ਭੈਣਾਂ ਨੂੰ ਇਹਨਾਂ ਦੀ ਕੋਈ ਇੱਜ਼ਤ ਨਹੀਂ ਜਾਂ ਗੁਰੂ ਦੀ ਇੱਜ਼ਤ ਨਹੀਂ ਕਰ ਸਕਦੇ ਅਸੀਂ ਮੱਤ ਡੀਕੀ ਇਹਨਾਂ ਕੋਲ ਚੰਗੀ ਗੱਲ ਹੋ ਸਕਦੀ ਹੈ ਇਹ ਜਿਹੜਾ ਕਿ ਤੁਹਾਨੂੰ ਇਲਾਜ ਕਰਾਉਣ ਆਪਣੇ ਸਿਰ ਵਿੱਚ ਥੋੜਾ ਜਿਹਾ ਤੇਲ ਪਾ ਠੰਡੇ ਪਾਣੀ ਦੇ ਗਲਾਸ ਪੀਣ ਗਾਂ ਤੋਂ ਗਰੇਜਗਾਂ ਜੇ ਕਿ ਇਹਨਾਂ ਨੂੰ ਅਕਲ ਹੋਵੇਗਾ ਸਹੀ ਗੱਲ ਕਵੀ ਸੰਦੋਖ ਨੂੰ ਚੰਗੀ ਤਰ੍ਹਾਂ ਪੜ੍ਹ ਲੈਣ ਜੇ ਨਹੀਂ ਪੜ੍ਹਿਆ ਕਿਸੇ ਨੂੰ ਸੁਣੀਆਂ ਸੁਣਾਈਆਂ ਤੇ ਇਹਨਾਂ ਦਾ ਸਾਡੇ ਵਡੇਰਿਆਂ ਦਾ ਤੁਹਾਡਾ ਆਹੀ ਕੁਛ ਆ ਸਾਡੇ ਵਡੇਰਿਆਂ ਦਿੱਤਾ ਕੋਈ ਸ਼ੱਕ ਨੀ ਜੀ ਜੇ ਵਡੇਰਿਆਂ ਤੁਸੀਂ ਚੰਗਾ ਤਾਂ ਪੜ੍ਹ ਲੈਂਦੇ ਤੁਸੀਂ ਆਪਣਾ ਟਕਸਾਲ ਬਾਬਾ ਦੀਪ ਸਿੰਘ ਨਾ ਜੋੜਦੇ ਆਪਣੇ ਨਾਲ ਜੁਦਾ ਨਾ ਰੱਖਣਾ ਸੀਗਾ ਉਹ ਉਸ ਵਿਚਾਰੇ ਗੁਰਸਿੱਖ ਨੂੰ ਨਿਸ਼ਾਵਰ ਹੋਣ ਵਾਲੇ ਨੂੰ ਤੁਸੀਂ ਆਪਣੇ ਨਾਲ ਮੱਤ ਜੋੜ ਤੁਸੀਂ ਇਸ ਲਾਇਕ ਨਹੀਂ ਹੈਗੇ ਚੰਗਾ ਜੀ ਬਾਈ ਖਾਲਸਾ ਬਿਲਕੁਲ ਜੀ ਉਹ ਤਾਂ ਹੁਣ ਜਿੰਨੇ ਕ ਪੱਧਰ ਦੇ ਜਿਸ ਪੱਧਰ ਦੇ ਉਹ ਬੇਈਮਾਨ ਹੈਗੇ ਆ ਉਸੇ ਪੱਧਰ ਦੇ ਉੱਤੇ ਉਹ ਆਪਣੀ ਗੱਲ ਕਰਨੀ ਚਾਹੁੰਦੇ ਆ ਸਰੋਤਿਆਂ ਨਾਲ ਮੈਂ 2 ਗੱਲਾਂ ਕਰਨੀਆਂ ਸੀਆਂ ਤੇ ਉਹਦੇ ਚ ਬੇਨਤੀ ਹੈਗੀ ਆ ਜੀ ਜੇ ਕਿਸੇ ਨੇ ਜਿਹੜੀ ਅਸੀਂ ਗੱਲ ਪਹਿਲਾਂ ਵੀ ਕਰਦੇ ਸੀਗੇ ਭਈ ਕੱਲ ਦੇ ਪ੍ਰੋਗਰਾਮ ਦੇ ਵਿੱਚ ਉਹ ਆਡੀਓ ਦੁਆਰਾ ਸੁਣਾਤੀ ਸੀ ਬੁੱਧਵਾਰ ਵਾਲਾ ਪ੍ਰੋਗਰਾਮ ਜਿਹੜਾ ਯੂਟਿਊਬ ਦੇ ਉੱਤੇ ਪਿਆ ਆ ਸਿੱਖ ਪਾਤਸ਼ਾਹੀ ਪ੍ਰੋਗਰਾਮ ਉਹਦਾ ਪਾਰਟ 2 ਜਿਹੜਾ ਆ ਉਹ ਸਰੋਤਿਆਂ ਨੂੰ ਬੇਨਤੀ ਆ ਸੁਣ ਲਿਓ ਪੂਰਾ ਉਹਦੇ ਵਿੱਚ ਸਮਝ ਆ ਜਾਣੀ ਆ ਭਈ ਇਹ ਇਸ਼ੂ ਜਿਹੜਾ ਆ ਖਾਲਸਾ ਨਿਊਜ਼ ਦੇ ਉੱਤੇ ਵੀ ਪਏ ਆ ਵੀਡੀਓ ਵੀ ਪਈਆਂ ਆ ਤੇ ਆਡੀਓ ਉਹਨਾਂ ਦੀਆਂ ਜਿਹੜੀਆਂ ਆ ਆਰਟੀਕਲ ਵੀ ਪਏ ਆ ਉਹਦੇ ਉੱਤੇ ਪਤਾ ਲੱਗ ਜਾਣਾ ਭਈ ਕਿਹੜੀ ਗੱਲ ਉਹ ਕਰਨੀ ਚਾਹੁੰਦੇ ਆ ਤੇ ਗੱਲ ਸੀਗੀ ਭਈ ਗੁਰੂ ਸਾਹਿਬ ਨੂੰ ਅਸੀਂ ਜਿੰਨਾ ਚਿਰ ਆਮ ਜੀਵਨ ਜਿੱਦਾਂ ਅਸੀਂ ਜੀਨੇ ਆ ਇੱਦਾਂ ਨਹੀਂ ਦੇਖਦੇ ਉਨਾ ਚਿਰ ਸਾਨੂੰ ਗਾਹਾਂ ਵਧਣਾ ਜਿਹੜਾ ਸਾਡੇ ਲਈ ਬੜਾ ਔਖਾ ਸਾਡੇ ਨਾਲ ਇੱਕ ਸਰੋਤੇ ਹੋ ਰਿਹਾ ਜੀ ਉਹਨਾਂ ਦੀ ਗੱਲ ਸੁਣ ਲਈ ਸਵਾਗਤ ਹੈ ਜੀ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਤੁਸੀਂ ਆਨ ਏਅਰ ਹੋ ਜੀ ਮੈਂ ਗੱਲ ਕਰ ਹਾਂਜੀ ਸਰ ਥੋੜੀ ਆਵਾਜ਼ ਵਟਸਐਪ ਕਰਕੇ ਮੇਰੇ ਕੋਲ ਦੇਰ ਨਾਲ ਪਹੁੰਚਦੀ ਹੈ ਪੰਜਾਬ ਤੋਂ ਬੋਲ ਰਿਹਾ ਤਾਂ ਕਰਕੇ ਥੋੜੀ ਜਿਹੀ ਵੇਟਿੰਗ ਕੁਛ ਸਕਿੰਟਾਂ ਦੀ ਹੋ ਜਾਂਦੀ ਹੈ ਮੈਂ ਤੁਹਾਨੂੰ ਜੇ ਤੁਸੀਂ ਚਾਹੋ ਮੈਂ ਤੁਹਾਨੂੰ ਸਿੱਧਾ ਫੋਨ ਲਾ ਲਵਾਂ ਤੁਹਾਡਾ ਨੈਟ ਉੱਥੇ ਲਾ ਲਓ ਜੀ ਧੰਨਵਾਦ ਜੀ ਐਸੇ ਹੀ ਨੰਬਰ ਦੇ ਉੱਤੇ ਮੈਂ ਤੁਹਾਨੂੰ ਮੈਨੂੰ ਤੁਸੀਂ ਫੋਨ ਹੁਣ ਕੱਟ ਦਿਓ 2 ਮਿੰਟ ਦੇ ਵਿੱਚ ਮੈਂ ਤੁਹਾਨੂੰ ਫੋਨ ਲਾ ਦਿੰਦਾ ਜੀ ਠੀਕ ਹੈ ਜੀ ਥੈਂਕ ਯੂ ਧੰਨਵਾਦ ਜੀ ਧੰਨਵਾਦ ਥੈਂਕ ਯੂ ਤੇ ਉਹ ਮੈਨੂੰ ਲੱਗਦਾ ਆ ਸਾਨੂੰ ਸੌਖਾ ਰਹੂਗਾ ਜੀ ਹਾਂਜੀ ਹੋਰ ਵੀ ਜੇ ਕਿਸੇ ਨੇ ਕਰਨਾ ਹੋਵੇ ਕਿਉਂਕਿ ਹਾਂ ਇਹ ਗੱਲ ਠੀਕ ਆ ਅਸੀਂ ਅੱਗੇ ਕਈ ਵਾਰ ਨੋਟ ਕੀਤੀ ਆ ਹਾਂਜੀ ਸਵਾਗਤ ਹੈ ਜੀ ਤੁਹਾਡਾ ਤੁਸੀਂ ਆਨ ਏਅਰ ਹੋ ਇਸ ਵੇਲੇ ਤੇ ਸਰੋਤੇ ਸੁਣ ਰਹੇ ਤੁਹਾਨੂੰ ਤੇ ਤੁਹਾਡਾ ਜਿਹੜਾ ਤੁਹਾਡੀ ਗੱਲਬਾਤ ਆ ਸਾਰੀ ਰਿਕਾਰਡ ਹੋਣੀ ਆ ਜੀ ਠੀਕ ਹੈ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਰੋਤਿਆਂ ਨੂੰ ਜੀ ਗੁਰੂ ਫਤਿਹ ਹਾਂਜੀ ਗੱਲ ਮੇਰੀ ਸੀਗੀ ਜਿਹੜਾ ਆਪਾਂ ਵੇਖ ਰਹੇ ਹਾਂ ਨਾ ਬਿਰਧ ਭਾਲੀ ਵੀ ਬੋਲਿਆ ਤੇ ਕੁਲਵਿੰਦਰ ਬਠਿੰਡਾ ਵੀ ਹੋਰ ਵੀ ਸੱਜਣ ਤੁਸੀਂ ਦੱਸ ਰਹੇ ਸੀਗੇ ਹਾਂਜੀ ਤੇ ਗੱਲ ਮੇਰੀ ਇਹ ਹੈ ਵੀ ਪਹਿਲੀ ਗੱਲ ਤਾਂ ਆਪਾਂ ਨੂੰ ਸਪਸ਼ਟ ਮੂਲ ਮੰਤਰ ਤੋਂ ਹੀ ਹੋ ਜਾਂਦਾ ਵੀ ਗੁਰੂ ਪਾਤਸ਼ਾਹ ਨੇ ਕਿਸੇ ਦੇਹ ਨੂੰ ਗੁਰੂ ਨੀ ਮੰਨਿਆ ਹਨਾ ਜੀ ਆਪਾਂ ਮੂਲ ਮੰਤਰ ਦੇ ਵਿੱਚ ਹੀ ਉਜੂਨੀ ਸਾਹਿਬ ਭੰਗ ਪੜ੍ਹਦੇ ਹਾਂ
ਤੇ ਦੂਸਰਾ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਿੱਧ ਲੋਕ ਪੁੱਛਦੇ ਆਪਣਾ ਸਿੱਧੂ ਗੋਸ਼ਟ ਬਾਣੀ ਦੇ ਵਿੱਚ, ਹਾਂਜੀ, ਵੀ ਤੂੰ ਕਿਹਦਾ ਚੇਲਾ ਤੇ ਕੌਣ ਤੇਰਾ ਗੁਰੂ ਹੈ, ਤਾਂ ਗੁਰੂ ਪਾਤਸ਼ਾਹ ਨੂੰ ਪੁੱਛ ਰਿਹਾ ਨਾ ਉਹ ਵੀ ਦੱਸੋ ਤੁਸੀਂ ਵੀ ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਤਾਂ ਗੁਰੂ ਪਾਤਸ਼ਾਹ ਜੀ ਨੇ ਪਾਵਣ ਆਰੰਭ ਸੁਰਤ ਮਤ ਵੇਲਾ ਸ਼ਬਦ ਗੁਰੂ ਸੁਰਤ ਕੌਣ ਚੇਲਾ, ਇਹੀ ਜਵਾਬ ਦਿੱਤਾ ਨਾ ਉੱਥੇ। ਬਿਲਕੁਲ। ਤੇ ਦੂਸਰਾ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਗੁਰੂ ਹੈ ਤੇ ਸਾਨੂੰ ਵੀ ਉਸੇ ਨਾਲ ਹੀ ਜੋੜਿਆ ਕਿ ਉਹ ਆਪਣੀ ਦੇਹ ਨਾਲ ਜੋੜਿਆ, ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਵੀ ਪਾਤਸ਼ਾਹ ਨੇ ਆਪਾਂ ਨੂੰ ਉਸੇ ਗੁਰੂ ਨਾਲ ਜੋੜਿਆ ਨਾ, ਇੱਕੋ ਸਨਾਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਅਕਾਲ ਪੁਰਖ ਦੇ ਨਾਲ ਕਹਿ ਲਓ ਜਾਂ ਗਿਆਨ ਦੇ ਨਾਲ ਕਹਿ ਲਓ ਸ਼ਬਦ ਦੇ ਨਾਲ ਕਹਿ ਲਓ। ਵੱਡੀ ਵੀਰ ਜੀ ਸਾਰਿਆਂ ਤੋਂ ਵੱਡੀ ਗੱਲ ਪਤਾ ਕੀ ਆ, ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਆ ਨਾ, ਇਹ ਸਾਰੀਆਂ ਗੱਲਾਂ ਪੰਥਪ੍ਰੀਤ ਸਿੰਘ ਹੁਣੀ, ਮਾਝੀ ਟਪਾਲੀ ਹੁਣੀ, ਸਾਰੇ ਵਿਦਵਾਨ ਇਹੀ ਗੱਲਾਂ ਦੱਸੀ ਜਾਂਦੇ ਆ ਸਾਨੂੰ, ਦੇਖ ਲਓ। ਮੈਂ ਕਹਿਣਾ ਜੀ ਅਸੀਂ ਸਟੇਜਾਂ ਤੇ ਬਿਲਕੁਲ ਸੁਣਦੇ ਰਹਿੰਦੇ ਆ ਜੀ, ਮੈਂ ਤਾਂਹੀਓ ਤੁਹਾਡੇ ਨਾਲ ਗੱਲ ਕਰ ਰਿਹਾ ਵੀ ਉਦੋਂ ਤਾਂ ਇਹ ਜਦੋਂ ਤਾਂ ਆਪ ਕਹਿੰਦੇ ਆ ਉਦੋਂ ਤਾਂ ਗੱਲ ਇਹਨਾਂ ਦੀ ਠੀਕ ਹੈ, ਪਰ ਜੇ ਤੁਸੀਂ ਨੇ ਕਹਿ ਦਿੱਤੀ ਗੱਲ ਤਾਂ ਉਹ ਇਹ ਹੋ ਗਿਆ ਵੀ ਇਹ ਕਿਵੇਂ ਵੀ ਗੱਲ, ਤਾਂ ਜਿਹੜੀ ਗੱਲ ਹੈ ਨਾ ਬਹੁਤ ਵਧੀਆ ਗੁਰੂ ਦੀ ਕਿਰਪਾ ਹੋ ਰਹੀ ਹੈ, ਮੈਂ ਤੁਹਾਡਾ ਰੇਡੀਓ ਡੇਢ ਕੁ ਮਹੀਨੇ ਤੋਂ ਸੁਣਨ ਲੱਗਿਆ ਜੀ। ਪਹਿਲਾਂ ਵੀ ਇੱਕ ਵਾਰੀ ਰਾਗਮਾਲਾ ਤੇ ਗੱਲ ਹੋਈ ਸੀ ਆਪਣੀ, ਤੁਹਾਡੇ ਯਾਦ ਹੋਵੇ, ਵੈਸੇ ਤਾਂ ਮੈਂ ਗੱਲ ਸੁਣਦੇ ਹੀ ਰਹਿਣਾ, ਅੱਜ ਮਨ ਦੇ ਵਿੱਚ ਬਹੁਤ ਬਲਬਲਾ ਸੀਗਾ ਵੀ ਇਹ ਗੱਲ ਤਾਂ ਜ਼ਰੂਰੀ ਬਣਦੀ ਹੈ, ਆਮ ਬੰਦੇ ਨੂੰ ਵੀ ਪਤਾ ਵੀ ਹਾਂ ਸ਼ਬਦ ਗੁਰੂ ਹੈ ਤੇ ਦੇਹ ਦੇ ਨਾਲ ਤਾਂ ਆਪਾਂ ਨੂੰ ਨਾ ਗੁਰੂ ਨਾਨਕ ਨੇ ਜੋੜਿਆ ਤੇ ਨਾ ਹੀ ਜੋੜਨ ਦੀ ਕੋਈ ਕਿਤੇ ਜ਼ਿਕਰ ਆਉਂਦਾ, ਆਪਾਂ ਦੂਜੇ ਪਾਸੇ ਪੜ੍ਹਦੇ ਹਾਂ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਮੇ ਰਿਹਾ ਸਮਾਈ, ਕਿੰਨੀਆਂ ਉਦਾਹਰਨਾਂ ਪੰਜਟੀਆਂ ਆਪਾਂ ਗੁਰਬਾਣੀ ਦੇ ਵਿੱਚੋਂ ਲੈ ਲੈਂਦੇ ਹਾਂ ਹਨਾ ਜੀ, ਕੋਈ ਸ਼ੱਕ ਇਹ ਤਾਂ ਗੱਲ ਨੀ, ਬਿਲਕੁਲ ਸੰਪੱਟ ਹੋ ਰਹੀ ਹੈ ਅਸਲ ਦੇ ਵਿੱਚ, ਨਾ ਇਹਨਾਂ ਨੂੰ ਫਿਕਰ ਪਿਆ ਹੋਇਆ ਹੁਣ ਜਿਹੜੀ ਗੱਲ ਹੈ ਜੀ ਅਸਲ ਤਾਂ, ਤੇ ਇੱਧਰੋਂ ਪੰਜਾਬ ਦੇ ਵਿੱਚ ਮੈਂ ਸੰਗਰੂਰ ਦੇ ਲਾਗੇ ਬੋਲਦਾ, ਜਿਹੜੀ ਤੁਸੀਂ ਗੱਲ ਕਰਦੇ ਜੇ ਮਸਤੋਆਣਾ ਮੈਥੋਂ 2 ਕਿਲੋਮੀਟਰ ਤੇ ਆਇਆ ਹਰਜਿੰਦਰ ਮਾਝੀ, ਇੱਥੇ ਕਰਦੇ ਰਹੇ ਨੇ ਕਥਾ, ਪਹਿਲਾਂ ਤੁਸੀਂ ਲਾੜਾ ਸਾਹਿਬ ਤੋਂ ਬੋਲ ਗਏ ਸੀ ਨਾ, ਉਹ ਸੋਰੀ, ਹਾਂ ਮੈਨੂੰ ਭੁਲੇਖਾ, ਮੈਨੂੰ ਬਾਅਦ ਚ ਮੈਸੇਜ ਆ ਗਿਆ ਸੀਗਾ ਤੇ ਉਹ ਮੈਨੂੰ ਯਾਦ ਨੀ ਸੀ ਆ ਰਿਹਾ ਮਸਤੋਆਣੇ ਦਾ। ਹਾਂਜੀ ਹਾਂਜੀ ਹਾਂਜੀ, ਤੇ ਬਹੁਤ ਮੈਂ ਬਸ ਤੁਹਾਨੂੰ ਵਧਾਈ ਉਹ ਦੇਣੀ ਸੀ ਵੀ ਡਟੇ ਰਹੋ, ਕੋਈ ਗੱਲ ਨੀ, ਇੱਕ ਕਰਕੇ ਏਦਾਂ ਦੀ ਗੱਲ ਨੀ ਹੈਗੀ, ਜਿਹੜੇ ਸਰੋਤੇ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝਦੇ ਆ ਨਾ, ਉਹ ਜਿੰਨਾ ਮਰਜ਼ੀ ਕਹੀ ਜਾਣ ਤੁਹਾਡੇ ਨਾਲ ਬਲਕਿ ਜੁੜਨ ਵਾਲੀ ਵੱਧਦੀ ਹੈ, ਉਹਨਾਂ ਨੇ ਦੇਖੋ ਇਸ ਗੱਲ ਦੇ ਵਿੱਚ ਕਿੰਨੀਆਂ ਕਹਿਣ ਨਾ ਸੁਣਿਆ ਕਰੋ, ਉਹਨਾਂ ਨੂੰ ਆਏ ਨਾ ਕਰਿਆ ਕਰੋ, ਜ਼ਿਆਦਾ ਦੁੱਖ ਤਾਂ ਉਹਨਾਂ ਨੂੰ ਇਸੇ ਗੱਲ ਦਾ ਹੋ ਰਿਹਾ ਵੀ ਇਹ ਦਿਨ ਬਾ ਦਿਨ ਵੱਧਦੇ ਜਾਂਦੇ ਹੈ। ਨਹੀਂ ਚਲੋ ਜੀ, ਜੇ ਉਹਨਾਂ ਨੂੰ ਮੈਂ ਕਹਿੰਦਾ, ਮੈਂ ਇੱਕ ਦਿਨ ਅੱਗੇ ਵੀ ਨਾ ਵੀਰ, ਇੱਕ ਦਿਨ ਲੁਧਿਆਣੇ ਤੋਂ ਪਲਵਿੰਦਰ ਸਿੰਘ ਉਹਦਾ ਫੋਨ ਆਇਆ ਸੀਗਾ, ਕਹਿੰਦਾ ਭਈ ਇਹ ਧੁੰਦਾ ਜੀ ਆਪਣੇ ਪੰਥਪ੍ਰੀਤ ਸਿੰਘ ਹੋਰੀ ਵਿੰਟਰ ਡਰੀਆਂ ਵਾਲੇ ਉਹ ਜਾਣਦੇ ਆ ਤੁਸੀਂ ਗਲਤੀਆਂ। ਮੈਂ ਕਿਹਾ ਫਿਰ ਤਾਂ ਮਸਲਾ ਹੱਲ ਆ, ਤੁਸੀਂ ਉਹਨਾਂ ਤੋਂ ਇੱਕ ਸਟੇਟਮੈਂਟ ਦਵਾ ਦਿਓ ਵਧੀਆ ਜੀ। ਬਿਲਕੁਲ ਜੀ ਬਿਲਕੁਲ ਜੀ ਬਿਲਕੁਲ, ਭਈ ਹੁਣ ਨਾਲੇ ਅੱਜ ਦੇ ਸਮੇਂ ਚ ਜੇ ਢੱਡਰੀਆਂ ਵਾਲੇ ਇੰਨੀ ਗੱਲ ਕਹਿ ਦਿੰਦੇ ਆ ਨਾਲ ਹੀ ਖੜ ਜਾਂਦੇ ਦੋ ਜਣੇ, ਮਸਲਾ ਹਰੇਕ ਬੰਦੇ ਲਈ ਸਾਫ਼ ਕਲੀਅਰ ਹੋ ਜਾਊਗਾ ਵੀ ਭਾਈ ਇਹ ਅਸੀਂ ਤਾਂ ਸੁਣਨਾ ਚਾਹੁੰਦੇ ਹਾਂ ਵੀ ਧੁੰਦਾ ਜੀ ਹੁਰੀ ਹੁਣ ਇਹਨਾਂ ਗੱਲਾਂ ਦੇ ਉੱਤੇ ਸ਼ਬਦ ਗੁਰੂ ਵਾਲੇ ਪਾਸੇ ਖੜਨਗੇ ਜਾਂ ਉੱਧਰ ਖੜਨਗੇ। ਢੱਡਰੀਆਂ ਵਾਲੇ ਵੀ ਉਹ ਤਾਂ ਉਹਨੇ ਇੱਕ ਦਿਨ ਦੀਵਾਨ ਦੇ ਵਿੱਚ ਗੱਲ ਕੀਤੀ ਸੀ ਵੀ ਇਹ ਗੱਲ ਕਿੱਦਾਂ ਬਣਦੀ ਆ ਵੀ 10 ਗੁਰੂ, ਇਹ ਇਹ ਗੱਲ ਕਿੱਦਾਂ ਹੋਊਗੀ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਮੇਰੇ ਖਿਆਲ ਚ ਤਾਂ 35 ਬਾਬਾ ਬੁੱਢਾ ਜੀ ਦੇ ਸਿਰ ਦੇ ਉੱਤੇ ਬੀੜ ਸੀਗੀ ਤੇ ਪੰਜਵੇਂ ਪਾਤਸ਼ਾਹ ਚੋਰ ਕਰਦੇ ਆਉਂਦੇ ਸੀ, ਫਿਰ ਇੱਕ ਹੋਰ ਸਿੱਖ ਪੰਜਵੇਂ ਪਾਤਸ਼ਾਹ ਦੇ ਵੀ ਚੋਰ ਕਰਦਾ ਆਉਂਦਾ ਹੋਊਗਾ। ਅਸੀਂ ਕਹਿੰਦੇ ਹਾਂ ਵੀ ਜਿਹੜੇ ਪਲੰਗ ਤੇ ਗੁਰੂ ਸਾਹਿਬ ਸੌਂਦੇ ਸੀ ਆਪ ਥੱਲੇ ਪੈਣ ਲੱਗ ਪਏ ਵੀ ਉੱਥੇ ਪ੍ਰਕਾਸ਼ ਕਰ ਦਿੱਤਾ, ਮਤਲਬ ਅੱਛਾ ਉੱਥੇ ਜਿੱਥੇ ਸੌਂਦੇ ਸੀ ਉਹ ਤਾਂ ਬਹਿ ਗਿਆ ਥੱਲੇ, ਦਰਬਾਰ ਦੇ ਵਿੱਚ ਕਿੱਦਾਂ ਬਹਿੰਦੇ ਹੋਊਗੇ ਗੁਰੂ ਸਾਹਿਬ। ਬਿਲਕੁਲ, ਇੱਕ ਤਖ਼ਤ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਹੈ ਨਾਲ ਇੱਕ ਤਖ਼ਤ ਲਾ ਕੇ ਆਪ ਬੈਠੇ, ਇੱਦਾਂ ਵੀ ਸਿੱਖ ਉੱਥੇ ਵੀ ਮੱਥਾ ਟੇਕਦੇ ਉੱਥੇ ਵੀ ਟੇਕ, ਇੱਦਾਂ ਹੋਈ ਹੋਊਗੀ। ਨਹੀਂ ਜੀ, ਏਦਾਂ ਤਾਂ ਕਿਤੇ ਵੀ ਆਪਾਂ ਨੂੰ ਮਿਲ ਨਹੀਂ ਸਕਦਾ, ਗੁਰੂ ਨਾਨਕ ਪਾਤਸ਼ਾਹ ਤੇ ਬਾਬਾ ਲਹਿਣਾ ਜੀ ਲਾ ਲਓ, ਦੂਜੇ ਪਾਸਾ ਗੁਰੂ ਅੰਗਦ ਪਾਤਸ਼ਾਹ ਵੀ ਜਦੋਂ ਇਕੱਠੇ ਰਹੇ ਆ ਉਦੋਂ ਵੀ ਨਹੀਂ ਇਹ ਤਾਂ ਗੱਲ ਮਿਲਦੀ ਆਪਾਂ ਨੂੰ, ਨਾਲੇ ਜਿਹੜੀਆਂ ਗੱਲਾਂ ਅਸੀਂ ਕਰਦੇ ਆ ਇਹ ਗੱਲਾਂ ਕਥਾਕਾਰਾਂ ਤੋਂ ਹੀ ਤਾਂ ਸੁਣੀਆਂ ਆ ਅਸੀਂ। ਬਿਲਕੁਲ ਜੀ, ਮੈਨੂੰ ਤੁਹਾਡਾ ਬਹੁਤ ਵਧੀਆ ਲੱਗ ਰਿਹਾ ਜੀ, ਮੈਂ ਖੁਦ ਵੀ ਇਸ ਗੱਲ ਨੂੰ ਤੁਹਾਡੀ ਨੂੰ ਬਿਲਕੁਲ ਤਾਂਹੀਓ ਮੈਂ ਫੋਨ ਲਾਇਆ ਤੁਹਾਨੂੰ, ਮੈਨੂੰ ਕੋਈ ਝਿਜਕ ਨਹੀਂ, ਮੈਂ ਇੱਧਰੋਂ ਵੀ ਵੈਸੇ ਮਿਲ ਵਰਤੋਂ ਮੇਰੀ ਸਾਰਿਆਂ ਨਾਲ ਉੱਧਰ ਵੀ ਹੈਗੀ ਆ, ਪਤਾ ਵੀ ਹੈ ਉਹਨਾਂ ਨੂੰ, ਤੇ ਬਹੁਤ ਵਾਰ ਮੇਰੀ ਗੱਲ ਵੀ ਹੋਈ ਹੈ ਵੀ ਉਹਨਾਂ ਦੀ ਤੁਸੀਂ ਗਲਤੀ ਤਾਂ ਦੱਸੋ, ਤੁਸੀਂ ਆਉਣ ਲਾਉਣ ਫੋਨ ਕਰ ਲਓ, ਬਹੁਤ ਪ੍ਰਚਾਰ ਕਹਿਣਾ ਹੁਣ ਮੈਂ ਨੌਣੀ ਇੱਥੇ ਲੈਣਾ ਚਾਹੁੰਦਾ, ਤੇ ਉਹ ਬਸ ਕਹਿੰਦੇ ਜੀ ਤਾਂ ਪ੍ਰਚਾਰਕਾਂ ਦੇ ਪਿੱਛੇ ਪੈ ਜਾਣਾ, ਪਿੱਛੇ ਕਿਸੇ ਗੱਲ ਤੋਂ ਹੀ ਪੈਂਦੇ ਹੋਣੇ, ਤੁਸੀਂ ਪੁੱਛੋ ਕਿਉਂ ਪੈਂਦੇ ਆ ਪਿੱਛੇ। ਨਹੀਂ ਅਸੀਂ ਚੁੱਪ ਕਰ ਜਾਂਦੇ, ਅਸੀਂ ਵੀਰਾ ਚੁੱਪ ਕਰ ਜਾਂਦੇ, ਕੋਈ
ਕੋਈ ਪ੍ਰੋਗਰਾਮ ਤਾਂ ਦੇ ਦੇਣ ਯਾਰ, ਅਸੀਂ ਰੇਡੀਓ ਬੰਦ ਕਰ ਦਿੰਦੇ। ਇੱਕ ਵੀਰ ਨੇ ਮੈਨੂੰ ਅੱਗੇ ਵੀ ਕਿਹਾ, ਮੈਂ ਕਹਿੰਦਾ ਤੂੰ ਦਾ ਜੀ ਤੇ ਪੰਥਪ੍ਰੀਤ ਸਿੰਘ ਸਹੀ ਆ, ਮੈਂ ਕਿਹਾ ਤੂੰ ਜ਼ਿੰਮੇਵਾਰੀ ਲੈ ਲਾ ਉਹਨਾਂ ਨਾਲ ਗੱਲ ਕਰ ਲਾ ਅਸੀਂ। ਕਹਿੰਦਾ ਵੀ ਜ਼ਰੂਰੀ ਥੋੜ੍ਹਾ ਦਸੰਬਰ ਤੱਕ ਪ੍ਰੋਗਰਾਮ ਦੇ ਦੇਣ, ਮੈਂ ਕਿਹਾ ਵੀ ਦੋ ਸਾਲ ਤੱਕ ਦੇ ਦੇਣ, ਪੰਜ ਸਾਲ ਤੱਕ। ਉਹ ਕਹਿਣ ਵੀ ਅਸੀਂ ਪੰਜ ਸਾਲ ਤੇ ਪ੍ਰੋਗਰਾਮ ਦੇਵਾਂਗੇ। ਨਹੀਂ ਦੇਖੋ ਮੈਨੂੰ ਵੀ ਲੱਗਦਾ ਸੀ, ਮੈਂ ਰਾਤ ਆਪਣਾ ਵੀਰ ਢਪਾਲੀ ਜੀ ਸੁਣਿਆ, ਤੁਹਾਨੂੰ ਵੀ ਮੈਂ ਭੇਜਿਆ ਸੀ ਉਹਦਾ ਲਿੰਕ, ਸ਼ਾਇਦ ਤੁਸੀਂ ਦੇਖਿਆ ਹੋਣਾ। ਹਾਂਜੀ। ਤੇ ਉਹ ਥੋੜੀ ਜਿਹੀ ਉਮੀਦ ਜਦੋਂ ਪਹਿਲੀਆਂ ਦੋ ਉਹਦੀਆਂ ਆਈਆਂ ਸੀ ਨਾ, ਪਹਿਲੀਆਂ ਵੀਡੀਓਆਂ ਜਦੋਂ ਉਹਨਾਂ ਨੇ ਕਿਹਾ ਸੀ ਵੀ ਜਦੋਂ ਕੋਈ ਵੀਡੀਓ ਪਾਉਂਦਾ ਉਹ ਸੰਸਥਾ ਨਾਲ ਜੁੜ ਕੇ ਵੇਖਦਾ, ਸੁਣੀਆਂ ਹੋਈਆਂ ਤੁਹਾਡੀਆਂ ਸਾਰੀਆਂ, ਸਮਝ ਗਏ? ਹਾਂਜੀ। ਤੇ ਉਸ ਤੋਂ ਉਮੀਦ ਜੀ ਲੱਗਦੀ ਸੀ ਵੀ ਇਹ ਥੋੜਾ ਵੱਖਰਾ ਨਿਕਲ ਜੂਗਾ। ਇੱਕ ਸੈਕਿੰਡ ਇੱਥੇ ਸੁਣ ਕੇ, ਇੱਥੇ ਹੋਲਡ ਕਰਿਓ ਜੀ। ਹਾਂਜੀ। ਉਹ ਜਿਹੜੀਆਂ ਉਹਨਾਂ ਦੋਏ ਪੋਸਟਾਂ ਪਾਈਆਂ ਤੇ ਜੋ ਕੁਛ ਬੋਲਿਆ ਸੀਗਾ ਉਹ ਪੂਰੀ ਹਰਾਮਖੋਰੀ ਸੀ। ਉਹ ਪਤਾ ਕੀ ਹੋਇਆ, ਜਦੋਂ ਪੰਥਪ੍ਰੀਤ ਸਿੰਘ ਦੇ ਬੰਦਿਆਂ ਨੇ ਪੁੱਛਿਆ ਤਾਂ ਇਨਸਾਫ਼ ਕਿਹਾ, ਕਹਿੰਦਾ ਮੈਂ ਢੱਡਰੀਆਂ ਵਾਲਿਆਂ ਦੇ ਉੱਤੇ ਪਾਈ ਆ ਉਹ ਜਿਹੜੀ ਪੋਸਟ ਪਾਈ ਸੀ ਨਾ, ਵੀ ਜਿਹੜੇ ਬੰਦੇ ਦੀਵਾਨੇ ਹੀ ਕਰੀ ਜਾਂਦੇ ਆ ਉਹ ਦੀਵਾਨ ਦੇ ਨਾਲ ਨਾਲ ਕੋਈ ਮੀਟਿੰਗ ਵੀ ਕਰਨ ਤੇ ਗਾਹਾਂ ਦਾ ਪ੍ਰੋਗਰਾਮ ਵੀ ਦੇਣ, ਉਹ ਦੇਖਣ ਨੂੰ ਸਾਰਿਆਂ ਨੂੰ ਲੱਗਦੀ ਸੀ ਭਈ ਉਹ ਪੰਥਪ੍ਰੀਤ ਸਿੰਘ ਦੇ ਬਾਰੇ ਪਾਈ ਆਏ ਨੇ। ਹਾਂਜੀ, ਮੈਂ ਉਹਨਾਂ ਨੂੰ ਫੋਨ ਵੀ ਲਾਇਆ ਸੀ, ਉਹਨਾਂ ਨੇ ਮੈਨੂੰ ਦੋ ਵਾਰੀ ਸਮਾਂ ਦਿੰਦੇ ਰਹੇ, ਤੁਸੀਂ 6 ਵਜੇ ਕਰ ਲਿਓ, ਇੱਦਾਂ ਕਰ ਲਿਓ, ਫਿਰ ਬਸ ਮੈਂ ਤੋਂ ਵੀ ਨਹੀਂ ਬਹੁਤਾ ਮਨ ਜਿੱਤੇ ਇੱਦਾਂ ਹੋ ਗਿਆ, ਚਲੋ ਕੋਈ ਗੱਲ ਨੀ, ਫਿਰ ਆਪਣਾ ਕਿਹੜਾ ਕੋਈ ਮੈਂ ਫਿਰ ਵੀ ਜਾਣ ਬੁੱਝ ਕੇ ਉਹਦੀ ਪੋਸਟ ਸ਼ੇਅਰ ਕਰ ਦਿੱਤੀ ਸੀ। ਹੋਇਆ ਕਿ ਸਾਡੇ ਪੋਸਟ ਸ਼ੇਅਰ ਕਰਨ ਦੇ ਨਾਲ ਜਿਹੜਾ ਪੰਥਪ੍ਰੀਤ ਦੀ ਲੌਬੀ ਆ ਜਿਹੜੀ, ਉਹਦੇ ਵਿੱਚ ਇਹਨੂੰ ਉਹ ਮਾਝੀ ਨੂੰ ਇਹਨੂੰ ਢਪਾਲੀ ਨੂੰ ਉਹ ਮਿਹਣੇ ਜਾ ਦੇਣ ਲੱਗ ਪਏ ਕਿ ਭਾਈ ਤੂੰ ਤਾਂ ਉਹਨਾਂ ਦੇ ਨਾਲ ਹੋ ਗਿਆ ਇੱਦਾਂ। ਹੁਣ ਉਹ ਇਹਨੇ ਜਿੱਦਾਂ ਹੁੰਦਾ ਨੀ ਬੰਦਾ ਵਫਾਦਾਰੀ ਦਿਖਾਉਂਦਾ, ਫਿਲਮਾਂ ਚ ਹੁੰਦਾ ਨਾ ਜਦੋਂ ਬੰਦਾ ਕਹਿੰਦਾ ਜਾ ਕੇ ਗੁੰਡਿਆਂ ਨਾਲ ਰਲਦਾ, ਅਗਲੇ ਕਹਿੰਦੇ ਵੀ ਨਹੀਂ ਨਹੀਂ ਸਾਨੂੰ ਲੱਗਦਾ ਤੂੰ ਬੰਦਾ ਪੁਲਿਸ ਦਾ ਆਇਆ, ਕਹਿੰਦਾ ਨਹੀਂ ਨਹੀਂ, ਉਹ ਕਹਿੰਦੇ ਚੰਗਾ ਫਿਰ ਉਹ ਪੁਲਿਸ ਦਾ ਫਲਾਨਾ ਬੰਦਾ ਮਾਰ ਕੇ ਆ ਹਨਾ, ਉਹ ਫਿਰ ਜਾ ਕੇ ਗਾਲਾਂ ਕੱਢ ਕੇ ਜਾਂ ਉਹਨੂੰ ਮਾਰ ਕੇ ਇੱਦਾਂ ਕੋਈ ਖਰਾਬੀ ਕਰਕੇ ਆਉਂਦਾ ਨਾ ਇੱਦਾਂ। ਹੁਣ ਇਹ ਉਹਨਾਂ ਨੂੰ ਸਬੂਤ ਦੇਣ ਲੱਗਾ ਵੀ ਨਹੀਂ ਨਹੀਂ ਮੈਂ ਉਹਨਾਂ ਦੇ ਨਾਲ ਨਹੀਂ ਹੈਗਾ। ਹਾਂਜੀ ਹਾਂ, ਜਦੋਂ ਮੈਂ ਸੁਣਿਆ ਤੁਹਾਡਾ ਨਾਂ ਉਹਨਾਂ ਨੇ ਬੋਲਿਆ, ਮੈਂ ਤਾਂ ਸੰਪਰਕ ਹੈ ਗਿਆ ਜਦੋਂ ਗੱਲਬਾਤ ਹੋਈ। ਚਲੋ ਠੀਕ ਹੈ, ਬਸ ਮੈਂ ਨਹੀਂ ਤੁਹਾਨੂੰ ਵਧਾਈਆਂ ਦੇਣੀਆਂ ਸੀ, ਜਟੇ ਰਹੋ ਜੀ, ਰੱਖੇ ਤਾਂ ਇੱਦਾਂ ਹੀ ਏਦਾਂ ਹੀ ਚੱਲੂ ਜੀ ਇਹ ਤਾਂ ਹੁਣ। ਥੈਂਕ ਯੂ, ਥੈਂਕ ਯੂ ਜੀ, ਸ਼ੁਕਰ ਹੈ ਪਰਮਾਤਮਾ ਦੀਆਂ ਮਿਹਰਾਂ ਨੇ, ਕਿਰਪਾ ਜੀ ਬਹੁਤ ਸਮੇਂ ਤੋਂ ਉਡੀਕਦੇ ਆਏ ਜੇ ਸੱਚ ਸੁਣਨ ਨੂੰ। ਬਹੁਤ ਲੋਕ ਹੈਗੇ ਵੀ ਨੇ ਇੱਦਾਂ ਦੇ, ਇੱਦਾਂ ਦੀ ਗੱਲ ਨੀ ਹੈਗੀ ਵੀ ਸਾਰੇ ਉੱਧਰ ਹੈ, ਮੈਂ ਗਰੰਟੀ ਦੇ ਦਿੰਦਾ। ਇਹ ਤਾਂ ਠੀਕ ਆ, ਅਸੀਂ ਭਾਵਾਂ 6 ਮਹੀਨੇ ਤੇ ਅਸੀਂ ਚੁੱਪ ਕਰ ਜਾਈਏ, ਭਾਵਾਂ 2-4 ਸਾਲ ਲਈ, ਇਹਨਾਂ ਨੂੰ ਖੜਨਾ ਹੀ ਪੈਣਾ ਆ। ਜਿਹੜੇ ਜਿੱਦਾਂ ਢਪਾਲੀ ਵਰਗੇ ਬੰਦੇ ਦਿਮਾਗ ਰੱਖਦੇ ਨਾ, ਜਿਹੜਾ ਹੁਣ ਧੁੰਦਾ ਜੀ ਦਾ ਸਾਨੂੰ ਪਤਾ ਉਹ ਦਿਮਾਗ ਰੱਖਦਾ ਬੰਦਾ, ਉਹ ਸਿਰਫ ਇਹ ਹੋਇਆ ਸਾਰਾ ਪਤਾ ਬਿਲਕੁਲ, ਜਿਵੇਂ ਜਿਹੜਾ ਤੁਸੀਂ ਵਚਨ ਵਰਤਦੇ ਹੋ ਨਾ ਬਿਲਕੁਲ ਸਹੀ ਵਰਤਦੇ ਹੋ ਤੁਸੀਂ, ਤੁਸੀਂ ਕਹਿੰਦੇ ਹੋ ਨਾ ਸੱਚਮੁੱਚ ਉਹੀ ਗੱਲਾਂ ਕਰਦੇ ਹੋ, ਸਾਰਾ ਪਤਾ ਜੀ ਇਹਨਾਂ ਨੂੰ, ਤਾਂ ਹੋ ਹੀ ਨਹੀਂ ਸਕਦਾ। ਬਸ ਇਹ ਤਾਂ ਨਾ ਹੁਣ ਇਹਨਾਂ ਨੂੰ ਇਹ ਹੋਇਆ ਆ ਵੀ ਨਹੀਂ ਯਾਰ, ਜੇ ਇੱਦਾਂ ਇਹਨਾਂ ਦੀ ਗੱਲ ਮੰਨ ਲਈ ਫਿਰ ਤਾਂ ਹੇਠ ਹੀ ਆ ਸਾਡੀ। ਹਾਂ ਬਸ ਆਹੀ ਚੱਕਰ ਹੈ ਜੀ, ਆਹੀ ਹੈ ਗੱਲ, ਤਾਂ ਆਪਦੀ ਜਿਹੜੀ ਹੈਂਗੜ ਹੈ ਨਾ ਅੰਦਰੋਂ ਵੀ ਅਸੀਂ ਕਰੀਏ ਕੰਮ ਵੀ, ਸਾਡੇ ਉਹ ਹੁੰਦਾ ਹੈ ਨੀ, ਦੂਜੇ ਦੇ ਪੈਰ ਖਿੱਚਣਦੇ ਹੋ ਜਾਂਦਾ ਫਿਰ ਬੰਦਾ, ਇਹ ਤਾਂ ਹੈ ਨੀ ਨਾਲ ਸਹਿਯੋਗ ਦੇ, ਉਹੀ ਕਰ ਲੈਣਾ ਅਸੀਂ ਛੱਡ ਦਿਆਂਗੇ, ਇੱਕ ਵਾਰੀ ਕਹਿ ਦੇਣ ਅਸੀਂ ਕੋਈ ਨੀ ਲੱਭ ਲਾਂਗੇ, ਕੋਈ ਨੀ। ਚਲੋ ਥੈਂਕ ਯੂ ਵੀਰੇ, ਥੈਂਕ ਯੂ। ਦੋਹਾਂ ਲਾਈਨਾਂ ਤੇ ਸਾਡੇ ਨਾਲ ਸਰੋਤੇ 0107 ਦੇ ਉੱਤੇ ਸਵਾਗਤ ਹੈ ਜੀ ਤੁਹਾਡਾ। ਨਹੀਂ 0108 ਦੇ ਉੱਤੇ ਆਉਣੇ ਰਹੋ ਜੀ ਤੁਸੀਂ। ਹਾਂਜੀ ਸਰ, ਸਤਿ ਸ੍ਰੀ ਅਕਾਲ, ਗੁਰਮੀਤ ਸਿੰਘ ਬੋਲ ਰਹੇ ਸਿਰਸਾ ਤੋਂ। ਹਾਂਜੀ ਹਾਂਜੀ, ਗੱਲ ਇਹ ਹੈ ਜੀ, ਇਹ ਜਿਹੜੇ ਮਤਲਬ ਪ੍ਰਚਾਰਕ ਨੇ, ਮੈਨੂੰ ਲੱਗ ਰਿਹਾ ਇਹਨਾਂ ਨੂੰ ਇਹ ਤਕਲੀਫ਼ ਹੋ ਰਹੀ ਹੈ ਕਿ ਸਾਨੂੰ ਸਵਾਲ ਕਿਉਂ ਕਰ ਰਹੇ ਨੇ ਲੋਕ, ਸਾਡੇ ਤੋਂ ਸਿਆਣੇ ਕਿਉਂ ਹੋਈ ਜਾ ਰਹੇ ਨੇ। ਮੈਂ ਤੁਹਾਨੂੰ ਇੱਕ ਛੋਟੀ ਗੱਲ ਦੱਸਦਾ ਜੀ, ਹੁਣ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਕਿੰਨਾ ਸਤਿਕਾਰ ਹੈ ਕੌਮ ਦੇ ਵਿੱਚ, ਮੈਂ ਖੁਦ ਦੋ ਬੰਦੇ ਮੈਨੂੰ ਇਹੋ ਜਿਹੇ ਮਿਲੇ ਨੇ ਅੱਜ ਤੱਕ। ਇੱਕ ਵਾਰੀ ਮੈਂ ਸਿੰਘ ਬ੍ਰਦਰ ਤੇ ਬੈਠਾ ਸੀ, ਕਿਤਾਬਾਂ ਦੀ ਗੱਲ ਜਾ ਰਹੀ ਸੀ, ਉੱਥੇ ਕੋਈ ਬੰਦੇ ਆਏ, ਉਹਨਾਂ ਨੇ ਮਤਲਬ ਗੱਲ ਚੱਲੀ ਉਹਨਾਂ ਨਾਲ, ਉਹ ਸਟੂਡੈਂਟ ਰਹੇ ਨੇ ਜੀ ਉਹਨਾਂ ਦੇ, ਪ੍ਰੋਫੈਸਰ ਸਾਹਿਬ ਸਿੰਘ ਜੀ। ਹਾਂਜੀ। ਤੇ ਉਹਨਾਂ ਗੱਲ ਦੱਸੀ, ਉਹਨਾਂ ਨੇ ਇੱਕ ਗੱਲ ਦੱਸੀ ਬੜੀ ਵਧੀਆ, ਕਹਿੰਦੇ ਜਦੋਂ ਪ੍ਰੋਫੈਸਰ ਜੀ ਸਾਨੂੰ ਪੜ੍ਹਾਉਂਦੇ ਸੀ ਨਾ, ਉਹ ਕੋਈ ਅਰਥ ਕਰਕੇ ਲਿਆਉਂਦੇ ਸੀਗੇ ਮਤਲਬ ਗੁਰਬਾਣੀ ਦਾ, ਉਹ ਸਾਨੂੰ ਵਾਰ ਵਾਰ ਸਾਰੀ ਕਲਾਸ ਚ ਕਹਿੰਦੇ ਹੁੰਦੇ ਸੀ, ਤੁਸੀਂ ਕਰੋ, ਤੁਸੀਂ ਕਰ, ਫਲਾਣਾ ਤੂੰ ਕਰ, ਫਲਾਣਾ ਤੂੰ ਕਰ, ਮੈਂ ਜ਼ਰੂਰੀ ਨੀ ਮੈਂ ਵਧੀਆ, ਕਿਤੇ ਮੇਰੇ ਤੋਂ ਉੱਤੋਂ ਤੁਸੀਂ ਵੀ ਕਿਤੇ ਕਰ ਸਕਦੇ ਜੇ। ਇੱਕ ਇੱਦਾਂ ਹੀ
ਸ਼੍ਰੋਮਣੀ ਕਮੇਟੀ ਦਾ ਕੋਈ ਪੁਰਾਣਾ ਮੈਂਬਰ ਮਿਲਿਆ ਜੀ, ਉਹ ਰਿਟਾਇਰ ਹੋਇਆ ਸੀ, ਉਹ ਵੀ ਉਹਨਾਂ ਦਾ ਸਟੂਡੈਂਟ ਸੀ ਜੀ, ਇਹੀ ਗੱਲ ਉਹਨਾਂ ਨੇ ਕਹੀ ਜੀ ਵੀ ਏਦਾਂ ਦਾ ਪ੍ਰੋਫੈਸਰ ਸਾਹਿਬ ਸਾਨੂੰ ਏਦਾਂ ਬਣਾਉਂਦੇ ਸੀਗੇ, ਉਹ ਵਾਰ ਵਾਰ ਕਹਿੰਦੇ ਸੀ ਤੁਸੀਂ ਕਰੋ ਅਰਥ ਇਸ ਤੋਂ ਵਧੀਆ ਕਰੋ, ਇਸ ਤੋਂ ਵਧੀਆ ਕਰ ਸਕਦੇ ਤੁਸੀਂ, ਹੁਣ ਇਹ ਗੱਲ ਇਹਨਾਂ ਦੇ ਇਹ ਨੀ ਚਾਹੁੰਦੇ ਮੈਨੂੰ ਲੱਗ ਰਿਹਾ ਜੀ, ਕਿਉਂ ਲੋਕ ਸਾਡੇ ਤੋਂ ਉੱਤੋਂ ਵੀ ਸਿਆਣੇ ਹੋ ਰਹੇ ਨੇ ਜੀ, ਇਹ ਇਹਨਾਂ ਦੀ ਹਰਾਮਜਦਗੀ ਹੈ ਜੀ, ਸਪਸ਼ਟ ਕਹਿ ਰਹੇ ਜੀ, ਕੋਈ ਡਰ ਨੀ ਸਾਨੂੰ ਇਹਨਾਂ ਦਾ ਕਿਸੇ ਦਾ, ਨਹੀਂ ਜੀ ਇਹਨਾਂ ਨੂੰ ਡਾਲਰ ਪੈਸੇ ਵਿਕਦੇ ਨੇ, ਕੌਮ ਦਾ ਧਾਨ ਖਾ ਖਾ ਕੇ ਫਿੱਟੇ ਪਏ ਨੇ ਜੀ, ਉਹ ਤਾਂ ਔਖਾ ਹੋਊਗਾ ਕਿਉਂਕਿ ਇਹਨਾਂ ਦਾ ਹੈਗਾ ਪ੍ਰੋਫੈਸ਼ਨ, ਇਹਨਾਂ ਦਾ ਹੈਗਾ ਕਿੱਤਾ, ਅਸੀਂ ਤਾਂ ਇਹਨਾਂ ਦੀ ਮਦਦ ਕਰ ਰਹੇ ਹਾਂ, ਵੀ ਜੇ ਲੋਕ ਇਹਨਾਂ ਦੀਆਂ ਗੱਲਾਂ ਤੋਂ ਜ਼ਿਆਦਾ ਸਿਆਣੇ ਹੋ ਗਏ ਨਾ ਫਿਰ ਇਹ ਕੀ ਕਰਨਗੇ, ਸਵਾਲ ਕਰਨਗੇ ਇਹਨਾਂ ਨੂੰ ਉਠਾਉਣਗੇ ਵਿੱਚੋਂ ਜੀ ਸੰਗਤ ਦੇ ਵਿੱਚੋਂ, ਜੋ ਝੂਠ ਬੋਲਣਗੇ ਜਦੋਂ, ਬਸ ਜੇ ਕਿਤੇ ਇਹ ਹੁਣ ਇਸ ਬਹਾਨੇ ਨਾਲ ਖੜੇ ਹੋ ਜਾਣ ਨਾ ਲੋਕ, ਇਹਨਾਂ ਦੇ ਹੱਕ ਚ ਖੜਨੇ ਨੂੰ ਨੀ ਕੱਲਾ, ਇਹਨਾਂ ਦੇ ਮੂਹਰੇ ਵੀ ਖੜਨੇ ਨੂੰ ਤਿਆਰ ਆ। ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ, ਹੁਣ ਇਹਨਾਂ ਦਾ ਫਰਜ਼ ਸਾਰਿਆਂ ਦਾ ਬਣਦਾ ਸੀ, ਜਦੋਂ ਭਾਈ ਢੱਡੀਆਂ ਵਾਲਾ ਜੀ ਦਾ ਹਮਲਾ ਹੋਇਆ ਇਹਨਾਂ ਦੇ ਨਾਲ ਖੜਦੇ ਜਾ ਕੇ ਜੀ, ਅਸੀਂ ਆਪਸ ਚ ਗੱਲਾਂ ਕਰਦੇ ਹਾਂ ਵੀ ਇਹਨਾਂ ਦਾ ਇਹ ਫਰਜ਼ ਬਣਦਾ ਸੀ ਪਹਿਲੇ ਨੰਬਰ ਤੇ, ਅੱਜ ਇਹਨਾਂ ਦੀ ਕਿੱਥੇ ਹੋਣੀ ਸੀ, ਇਹਨਾਂ ਨੇ ਕਿੱਥੇ ਪਹੁੰਚਾ ਦੇਣਾ ਸੀ ਕੰਮ ਨੂੰ, ਪਰ ਇਹ ਈਰਖਾ ਇੱਕ ਦੂਜੇ ਪ੍ਰਤੀ ਈਰਖਾ ਜੀ ਭਰੀ ਹੋਈ ਜੀ ਇਹਨਾਂ ਦੇ ਵਿੱਚ। ਬਿਲਕੁਲ ਜੀ ਬਿਲਕੁਲ, ਆਪਸ ਵਿੱਚ ਹੀ ਵੀ ਦੇਖੋ ਇਹ ਬੰਦੇ ਲੋਕਾਂ ਮੂਹਰੇ ਡਰਾਮੇ ਕਰਦੇ ਆ, ਅਸੀਂ ਜਾਣਦੇ ਆ, ਆਪਸ ਵਿੱਚ ਇੱਕ ਦੂਜੇ ਨੂੰ ਵੀ ਪੂਰੀ ਈਰਖਾ ਕਰਦੇ ਆ ਇਹ। ਬਿਲਕੁਲ ਆ ਹੁਣ ਜਿਹੜੀ ਸੱਦੇ ਵਾਲੀ ਵਾਲੀ ਨਵੀਂ ਆਈ ਜੀ, ਕਮਾਲ ਹੈ ਜੀ, ਏਡਾ ਵਧੀਆ ਲਿਖਦੇ ਨੇ ਸਾਰਾ ਕੁਛ, ਪਤਾ ਨੀ ਕੀ ਨੀ ਬਰਦਾਸ਼ਤ ਹੋ ਰਿਹਾ ਇਹਨਾਂ ਤੋਂ। ਨਹੀਂ ਨਹੀਂ ਉਹ ਮੈਂ ਤਾਂ ਹੈਰਾਨ ਰਹਿ ਗਿਆ, ਕਹਿੰਦਾ ਲੈ ਇਹ ਰੇਡੀਓ ਤੇ ਬੈਠਾ ਕਹਿੰਦਾ ਰਸਤੂ ਸੁਕਰਾਤ ਬਣੀ ਜਾਂਦਾ, ਵੀ ਪਤੰਦਰਾ ਕੀ ਗੱਲ, ਰਸਤੂ ਸੁਕਰਾਤ ਕੈਨੇਡਾ ਚ ਜੰਮਣੇ ਆ, ਸਹੀ ਗੱਲ ਤੁਸੀਂ ਠੇਕਾ ਲਿਆ ਤੁਸੀਂ ਚਾਪਲੂ ਸੋਨਾ ਦੇ ਵੀ ਆ ਜਾ ਕਰੀ ਜਾ ਰਹੇ ਨੇ ਦੇਖੋ। ਨਹੀਂ ਨਹੀਂ ਇਹਨਾਂ ਦੀ ਕੋਈ ਨੀ, ਮੈਂ ਕਰਨੀ ਗੱਲ ਥੋੜੀ ਜਿਹੀ ਇਹਨਾਂ ਦੇ ਉੱਤੇ ਕਰਦੇ ਆ ਹਾਂਜੀ ਯਾਦਵਿੰਦਰ ਸਿੰਘ ਜੀ। ਹਾਂਜੀ ਮੈਂ ਆਪਣਾ ਇੱਕ ਗੱਲ ਕਰਨੀ ਚਾਹੁੰਦਾ ਸੀ, ਜਿਹੜੀ ਕੁਲਵਿੰਦਰ ਸਿੰਘ ਨੇ ਵੀਡੀਓ ਪਾਈ ਸੀ ਨਾ ਉਹਦੇ ਵਿੱਚ ਉਹਨੇ ਕਿਹਾ ਸੀ ਵੀ ਲੱਖ ਅਗਾਸਾ ਅਗਾਸ ਲੱਖ ਪਤਾ ਲੱਭਦਾ, ਹਾਂਜੀ ਉਹ ਤੁਕ ਬੋਲ ਕੇ ਜਾਣੀ ਉਹ ਕਹਿਣਾ ਚਾਹੁੰਦਾ ਸੀ ਵੀ ਗੁਰੂ ਸਾਹਿਬ ਨੇ ਸੁਰਤ ਨਾਲ ਸਾਰਾ ਵੇਖ ਲਿਆ, ਉਹ ਪਹਿਲਾਂ ਵੇਖ ਲੈਂਦੇ ਸੀ, ਫਿਊਚਰ ਦਾ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਸੀ, ਯਾਨੀ ਉਹ ਗਲਤੀ ਨਹੀਂ ਕਰਦੇ ਸੀ ਗੁਰੂ ਸਾਹਿਬ ਕੋਈ, ਉਹਨਾਂ ਨੂੰ ਕਹਿਣ ਦਾ ਮਤਲਬ ਸਾਰਿਆਂ ਦਾ ਇਹ ਹੈ ਵੀ ਗੁਰੂ ਸਾਹਿਬ ਨੂੰ ਫਿਊਚਰ ਪਹਿਲਾਂ ਪਤਾ ਲੱਗ ਜਾਂਦਾ ਸੀ, ਸੁਰਤ ਨਾਲ ਦੇਖ ਲੈਂਦੇ ਸੀ ਤੇ। ਹਾਂਜੀ ਫਿਰ ਜੇ ਆਪਾਂ ਦੇਖੀਏ ਵੀ ਜਿਵੇਂ ਗੁਰੂ ਸਾਹਿਬ ਨੇ ਦੇਖ ਲਿਆ ਹੋਣਾ ਚਮੋਰ ਦੀ ਗੜੀ ਚ ਬੱਚੇ ਸ਼ਹੀਦ ਹੋਣਗੇ, ਸਿੰਘ ਸ਼ਹੀਦ ਹੋਣਗੇ ਜਾਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਣਗੇ ਸਰਹੰਦ ਦੇ ਵਿੱਚ, ਪਰ ਉਹਨਾਂ ਨੇ ਉਹਨੂੰ ਬਦਲਿਆ ਨੀ, ਉਵੇਂ ਹੋਣ ਦਿੱਤਾ। ਜੇ ਉਹਦੇ ਚ ਇਹ ਦਲੀਲ ਦੇਣ ਇਹ ਵੀ ਗੁਰੂ ਸਾਹਿਬ ਜਾਣੀ ਪਰਮਾਤਮਾ ਦੇ ਕਰਨੀ ਦੇ ਵਿੱਚ ਭੰਗ ਨੀ ਪਾਉਂਦੇ ਸੀਗੇ, ਜਾਣੀ ਭੰਗ ਨੀ ਕਰਦੇ ਸੀ, ਉਸ ਸਿਸਟਮ ਨੂੰ ਵੀ ਉਵੇਂ ਹੀ ਹੋਣਾ ਚਾਹੀਦਾ ਸੀ, ਉਹਨਾਂ ਨੇ ਭਾਣਾ ਮੰਨਿਆ ਜਾ ਦੇਖ ਕੇ ਵੀ। ਤੇ ਜੇ ਇਸ ਗੱਲ ਨੂੰ ਵੀ ਮੰਨ ਲਈਏ ਫਿਰ ਉਹ ਦੇਖਣ ਦਾ ਕੀ ਫਾਇਦਾ ਜੇ ਬਦਲਣਾ ਹੀ ਨੀ ਤੁਸੀਂ, ਜੇ ਦੇਖ ਕੇ ਵੀ ਉਹੀ ਕੁਛ ਹੋਣਾ ਤੇ ਨਹੀਂ ਵੀ ਦੇਖ ਕੇ ਵੀ ਉਹੀ ਕੁਛ ਹੋਣਾ, ਫਾਇਦਾ ਕੀ ਹੋਇਆ? ਇਹ ਦੋ ਗੱਲਾਂ ਆਪਾਂ ਵਿਰੋਧੀ ਆ, ਭਾਣਾ ਮੰਨਣਾ ਹਾਂਜੀ ਤੇ ਭਵਿੱਖ ਨੂੰ ਦੇਖਣਾ, ਜਾਣੀ ਇੱਕ ਚੀਜ਼ ਹੋ ਸਕਣੀ ਆ ਤੇ ਉਹਦੇ ਅਰਥ ਉਹੀ ਆ। ਜੇ ਨਾ ਅਸੀਂ ਕਹਾਂਗੇ ਵੀ ਗੁਰੂ ਸਾਹਿਬ ਨੇ ਭਾਣਾ ਮੰਨਿਆ ਆ, ਇਹਦਾ ਮਤਲਬ ਉਨੀ ਭਵਿੱਖ ਦੇਖਣ ਦਾ ਕੋਈ ਉਪਰਾਲਾ ਨਹੀਂ ਕੀਤਾ। ਬਿਲਕੁਲ ਜੀ, ਭਈ ਫਿਰ ਤਾਂ ਕੋਈ ਸੱਸ ਨਹੀਂ ਨਾ ਬਣਦੀ, ਜੇ ਉਹਨਾਂ ਨੇ ਦੇਖ ਹੀ ਲਿਆ ਉਹਨਾਂ ਨੂੰ ਪਤਾ ਹੀ ਆ ਫਿਰ। ਹਾਂ ਭਈ ਜਿਹੜੇ ਬੰਦੇ ਨੇ ਭਾਣਾ ਮੰਨਣਾ ਉਹ ਦੇਖੂਗਾ ਕਾਤੇ, ਹਾਂਜੀ ਤੁਸੀਂ ਕਿਸੇ ਬੱਚੇ ਨੂੰ ਕਹੋ ਵੀ ਤੈਨੂੰ ਸਰਪ੍ਰਾਈਜ਼ ਦੇਣਾ ਜੀ, ਜਿਹਦੇ ਵਿੱਚ ਨਾ ਹੈਰਾਨ ਹੋਣ ਦੀ ਬਿਰਤੀ ਆ, ਜਿਹਨੂੰ ਤੁਹਾਡੇ ਤੇ ਭਰੋਸਾ ਆ ਉਹ ਅੱਖਾਂ ਮੀਟ ਲਊਗਾ, ਜਿਹੜਾ ਕਾਲਾ ਬੰਦਾ ਆ ਉਹ ਕਹੂਗਾ ਨਹੀਂ ਦੱਸ ਮੈਨੂੰ ਸਰਪ੍ਰਾਈਜ਼ ਕੀ ਆ। ਠੀਕ ਆ, ਹੁਣ ਗੁਰੂ ਸਾਹਿਬ ਬਿਸਮਾਦ ਵਿੱਚ ਤਾਂ ਹਰ ਵੇਲੇ ਜਾ ਰਹੇ ਆ ਉਹ, ਹਾਂਜੀ ਇਹ ਕਿੱਦਾਂ ਹੋ ਸਕਦੀ ਆ ਜਾਣੀ, ਕਿਉਂਕਿ ਜ਼ਿੰਦਗੀ ਜੀਣ ਦਾ ਸਵਾਦ ਹੀ ਉਹ ਹੁੰਦਾ ਜਿੱਥੇ ਉਹ ਚੀਜ਼ ਤੁਸੀਂ ਨਾ ਵੈਸੇ ਵੀ ਜਿੱਥੇ ਰਿਲੇਸ਼ਨਸ਼ਿਪ ਤੁਹਾਡਾ ਕੋਈ ਰਿਸ਼ਤਾ ਨਿਭ ਰਿਹਾ ਆ ਉੱਥੇ ਤੁਸੀਂ ਉਹ ਚੀਜ਼ ਨੂੰ ਇੱਦਾਂ ਕਰਦੇ ਵੀ ਨਹੀਂ ਭੇਦ ਰਹਿਣ ਦਈਏ ਬਸ, ਜਿਹੜਾ ਜਿਹੜਾ ਰਸ ਭੇਦ ਰਹਿਣ ਵਿੱਚ ਆ ਉਹ ਰਸ ਜਾਣਨ ਵਿੱਚ ਨਹੀਂ ਹੈਗਾ।
ਵੈਸੇ ਵੀ ਜ਼ਿੰਦਗੀ ਜਿਉਣ ਦਾ ਸਵਾਦ ਹੀ ਨਹੀਂ ਆਉਣਾ, ਜਾਣੀ ਜੇ ਆਪਾਂ ਨੂੰ ਪਤਾ ਲੱਗ ਜੇ ਵੀ ਐਸ ਦਿਨ 19 ਤਰੀਕ ਨੂੰ ਮੇਰੀ ਮੌਤ ਹੋ ਜਾਣੀ ਹੈ, ਕੱਲੀ ਮੌਤ ਹੀ ਨਹੀਂ ਵੀ ਐਸ ਬੰਦੇ ਨੇ ਮੈਨੂੰ ਧੋਖਾ ਦੇਣਾ, ਹਾਂਜੀ ਆਹ ਬੰਦਾ ਮੇਰੇ ਬਾਰੇ, ਆਹ ਬੰਦਾ ਮੇਰੇ ਬਾਰੇ ਬੁਰਾ ਸੋਚ ਰਿਹਾ ਆ, ਹਾਂਜੀ ਹਨਾ, ਹਾਂਜੀ ਹਾਂਜੀ ਮੇਰੇ ਪੈਸੇ ਵੀ ਕੋਈ ਸਮਝੀ ਆਪਾਂ ਕੋਈ ਦੈਵੀ ਸ਼ਕਤੀ ਸੀ ਗੁਰੂ ਸਾਹਿਬ ਨਾਲ ਹੋ ਜਾਂਦਾ ਜਾਂ ਕੁਛ ਵੀ ਹੋ ਜਾਂਦਾ ਸੀ, ਫਿਰ ਉਹਨਾਂ ਨੇ ਜਿਹੜੇ ਦੁੱਖ ਚੱਲ ਉਹਨਾਂ ਦੀ ਕੁਰਬਾਨੀ ਤਾਂ ਕਿਤੇ ਵੀ ਨੀ ਰਹਿ ਜਾਂਦੀ। ਨਹੀਂ ਨਹੀਂ ਇਹਨਾਂ ਕੋਲ ਨਾ ਸਾਡੇ ਬੰਦਿਆਂ ਕੋਲ ਜਿੱਦਾਂ ਬਾਹਮਣ ਨਹੀਂ ਸੀ ਕਰਦਾ, ਤੁਸੀਂ ਦੇਖੋ ਜੇ ਅਸੀਂ 5-6 ਹਜ਼ਾਰ ਸਾਲ ਦੀ ਗੱਲ ਕਰੀਏ ਤੇ ਕੀ ਹੋ ਰਿਹਾ ਆ ਵੀ ਜਿੱਦਾਂ ਜੇ ਰਾਮ ਦੀ ਆ, ਬ੍ਰਹਮਾ ਦੀ ਆ, ਇੰਦਰ ਦੀ ਆ, ਕ੍ਰਿਸ਼ਨ ਦੀ, ਕਿਸੇ ਦੀ ਵੀ ਕਹਾਣੀ ਉਹਦੀ ਪੜ੍ਹ ਕੇ ਦੇਖੋ ਉਹਦੇ ਵਿੱਚ ਕੀ ਹੋ ਰਿਹਾ ਆ, ਉਹ ਤੁਹਾਨੂੰ ਥੋੜੀ ਜਿਹੀ ਪੜ੍ਹ ਕੇ ਇੱਦਾਂ ਲੱਗ ਜਾਂਦਾ ਵੀ ਉਹਨੇ ਜਿੱਦਾਂ ਇੱਦਾਂ ਗੱਲ ਕਹਿ ਦਿੱਤੀ ਇੱਦਾਂ ਉੱਦਾਂ ਹੀ ਛੱਡ ਦਿੱਤੀ ਗੱਲ, ਜਿੱਦਾਂ ਜਿੱਦਾਂ ਉਹਦੀਆਂ ਗੱਲਾਂ ਤੇ ਸਵਾਲ ਹੋਈ ਗਏ ਆ ਉੱਦਾਂ ਉੱਦਾਂ ਉਹਦੀਆਂ ਸਫਾਈਆਂ ਦੇਈ ਗਿਆ ਉਹ, ਵੀ ਜਿੱਦਾਂ ਉਹਨੂੰ ਕਹਿ ਦਿੱਤਾ ਵੀ ਦੇਵੀ ਨੇ ਨਾ ਇੱਦਾਂ ਬੰਦਾ ਆਇਆ, ਮਾਤਾ ਰਾਣੀ ਨੇ ਉਹਦੇ ਉਹਦੇ ਬੱਟਾ ਮਾਰ ਦਿੱਤਾ, ਤੇ ਅਗਲੇ ਨੇ ਇੱਦਾਂ ਕਿਹਾ ਵੀ ਅੱਛਾ ਵੀ ਮੂਹਰੇ ਚਾਰ ਬੰਦੇ ਆ ਗਏ, ਉਹਨੂੰ ਕਿਹਾ ਕਿਰਪਾਨ ਨਾਲ ਬਾਂਹ ਵੱਢ ਦਿੱਤੀ, ਅਗਲਾ ਕਹਿੰਦਾ ਵੀ ਬੱਟੇ ਉਹਨੂੰ ਕਿੱਥੇ ਰੱਖੇ ਹੋਏ ਸੀ, ਨਹੀਂ ਦੋ ਬਾਹਾਂ ਸੀਆਂ, ਏਦਾਂ ਜਿੱਦਾਂ ਜਿੱਦਾਂ ਸਵਾਲ ਉੱਠੇਗਾ ਉੱਦਾਂ ਉੱਦਾਂ ਕੁਛ ਹੋਰ ਜੁੜੀ ਗਿਆ ਉਹਦੇ ਨਾਲ। ਹੁਣ ਜੇ ਸ਼ਿਵਜੀ ਦੀ ਵੀ ਗੱਲ ਆ ਵੀ ਉਹ ਜੀ ਅੰਦਰ ਜਾਣ ਲੱਗਾ ਉਹ ਇੱਦਾਂ ਕਰਕੇ ਵੀ ਉਹਨੂੰ ਬੱਚਾ ਬਾਹਰ ਖੜਾ ਕਰ ਦਿੱਤਾ, ਉਹ ਕਹਿੰਦੇ ਬੱਚਾ ਤਾਂ ਹੈ ਨਹੀਂ ਸੀ, ਨਹੀਂ ਉਹਨੂੰ ਮੈਲ ਦਾ ਬਣਾ ਕੇ ਰੱਖ ਦਿੱਤਾ, ਉਹ ਕਹਿੰਦੇ ਵੀ ਮੈਲ ਦੇ ਬਣੇ ਨਾ ਉਹ 'ਚ ਜਾਨ ਪੈ ਗਈ ਹਨਾ, ਫੇ ਵੀ ਉਹਨੂੰ ਪਛਾਣਿਆ ਕਿ ਉਹਨੇ ਉਹ ਬਾਅਦ 'ਚ ਬਣਾਇਆ ਸੀ, ਉਹਨੂੰ ਗੁੱਸੇ 'ਚ ਆ ਕੇ ਸਿਰ ਕੱਟ ਦਿੱਤਾ, ਫਿਰ ਬਾਅਦ 'ਚ ਪੂਜਾ ਕਿਹਦੀ ਹੁੰਦੀ, ਨਹੀਂ ਫਿਰ ਸਿਰ ਲੱਭ ਕੇ ਲੈ ਆਇਆ ਹਨਾ, ਵੀ ਪਤੰਦਰੋਂ ਜਦੋਂ ਜਦੋਂ ਹਾਥੀ ਦਾ ਲਿਆ ਸਕਦਾ ਬੰਦੇ ਦਾ ਕਿਉਂ ਨਹੀਂ। ਹੁਣ ਜਿੱਦਾਂ ਦਾ ਕੋਈ ਸਵਾਲ ਕਰੀ ਗਿਆ ਉੱਥੇ ਜਾ ਕੇ ਬਾਹਮਣ ਕਹਿੰਦਾ ਸੀ ਦੇਖ ਇਹ ਉਹਦੀ ਲੀਲਾ ਆ, ਤੂੰ ਸ਼ੱਕ ਨਹੀਂ ਕਰ ਸਕਦਾ। ਜਿੰਨੇ ਜਵਾਬ ਉਹ ਤੋਂ ਉਲਟੇ ਉਲਟੇ ਦੇ ਹੋਏ ਉਹਨੂੰ ਲਿਖੀ ਗਿਆ ਆ, ਜਿੱਥੇ ਨਹੀਂ ਦੇ ਹੋਇਆ ਉੱਥੇ ਕਹਿੰਦਾ ਇਹ ਉਹਦੀ ਲੀਲਾ ਆ, ਤੂੰ ਨਹੀਂ ਸ਼ੱਕ ਕਰਨੀ ਉਹਦੇ ਉੱਤੇ। ਹੁਣ ਇਹੀ ਕੰਮ ਇਹਨਾਂ ਨੇ ਕੀਤਾ। ਹਾਂਜੀ, ਜਿਹੜੀ ਗੱਲ ਇਹਨਾਂ ਨੂੰ ਸਮਝ ਨਹੀਂ ਨਾ ਆਉਂਦੀ ਉਹਦੇ 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 ਬਾਰੇ ਇਹ ਕੋਲੋਂ ਘੱਟ ਲੈਂਦਾ, ਉਹਦੇ ਕੋਲ ਗੱਲ ਬਣੀ ਸੁਣਾ ਦਿੰਦੇ ਆ। ਸਹੀ, ਪਰ ਇਹਨਾਂ ਨੂੰ ਚਾਹੀਦਾ ਵੀ ਉੱਥੇ ਮੰਨ ਲੈਣ ਵੀ ਸਾਨੂੰ ਇਸ ਗੱਲ ਦੀ ਹਜੇ ਤੱਕ ਸਮਝ ਨਹੀਂ ਆਈ। ਨਹੀਂ ਉਹ ਕਬੂਲਣ ਜਿਹੜੀ ਹਿੰਮਤ ਆ ਨਾ, ਦੇਖੋ ਮੈਂ ਪਹਿਲਾਂ ਵੀ ਗੱਲ ਕਰਦਾ ਸੀ ਵੀ ਅਸਹਿਮਤ ਹੋਣ ਦੇ ਲਈ ਤੁਹਾਨੂੰ ਚਾਹੀਦਾ ਆ ਸਲੀਕਾ। ਹਾਂਜੀ, ਤੇ ਕਿਸੇ ਦੇ ਨਾਲ ਸਹਿਮਤ ਹੋਣ ਦੇ ਲਈ ਚਾਹੀਦੀ ਆ ਦਲੇਰੀ, ਹਿੰਮਤ। ਇਹ ਲੋਕ ਉਲਟ ਕਰਦੇ ਆ, ਜਿੱਥੇ ਸਹਿਮਤ ਹੁੰਦੇ ਆ ਉੱਥੇ ਉੱਥੇ ਸਲੀਕਾ ਵਰਤਦੇ ਆ, ਜਿੱਥੇ ਅਸਹਿਮਤੀ ਹੁੰਦੀ ਆ ਉੱਥੇ ਹਿੰਮਤ ਆਪਣੀ ਦਲੇਰੀ ਵਰਤਦੇ ਆ, ਉੱਥੇ ਲੜਦੇ ਆ ਜਾ ਕੇ। ਬਸ ਉਹ ਲੋੜ ਉਲਟ ਆ ਉਹਦੇ। ਨਹੀਂ ਚਲੋ ਕੋਈ ਨੀ ਜੀ, ਦੇਖੀ ਜਾਂਦੇ ਹਾਂ। ਚਲੋ ਠੀਕ ਹੈ ਜੀ, ਥੈਂਕ ਯੂ ਥੈਂਕ ਯੂ। ਸਾਡੇ ਨਾਲ ਇੱਕ ਹੋਰ ਸਰੋਤੇ ਕਾਲ ਮਿਸ ਹੋਈ ਆ ਜੀ, ਆਪਾਂ ਉਹਨਾਂ ਨੂੰ ਆਪ ਕਰਕੇ ਦੇਖ ਲੈਂਦੇ ਹਾਂ ਤਾਂ ਕਿ ਅਗਲੀ ਗੱਲ ਜਿਹੜੀ ਆ ਉਹ ਵੀ ਅਸੀਂ, ਮੈਂ ਪ੍ਰੋਫੈਸਰ ਦਰਸ਼ਨ ਸਿੰਘ ਬਾਰੇ ਅਤੇ ਪੰਥਪ੍ਰੀਤ ਸਿੰਘ ਬਾਰੇ 5 ਕੁ ਮਿੰਟ ਮੈਂ ਗੱਲ ਕਰਨੀ ਚਾਹੁੰਦਾ, ਉਹੀ 5 ਮਿੰਟ ਸਾਨੂੰ ਚਾਹੀਦੀ, ਉਹ ਤੋਂ ਬਿਨਾਂ ਅਸੀਂ ਸਰੋਤੇ ਜਿਹੜੇ ਵੀ ਆਪਣੀ ਗੱਲ ਕਰਨੀ ਚਾਹੁੰਦੇ ਆ। ਹਾਂਜੀ, ਸਵਾਗਤ ਹੈ ਜੀ ਤੁਹਾਡਾ ਰੇਡੀਓ ਵਿਰਸਾ 'ਤੇ। ਨਹੀਂ, ਫੋਨ ਕੱਟਿਆ ਗਿਆ, ਉਹ ਸ਼ਾਇਦ ਫੋਨ ਆਇਆ ਸੀਗਾ, ਹੁਣ ਪਤਾ ਨਹੀਂ, ਜਾਂ ਤਾਂ ਉਹ ਫਿਰ ਗੱਲ ਕਰਨੀ ਚਾਹੁੰਦੇ ਹੋਣਗੇ, ਕੋਈ ਨਹੀਂ ਜੀ ਆਪਾਂ ਬਾਅਦ 'ਚ ਕਰ ਲਾਂਗੇ। ਅਤੇ ਗੱਲ ਸੀਗੀ ਇਹ, ਮੈਂ ਗੱਲ ਕਰਨੀ ਚਾਹੁੰਦਾ ਸੀਗਾ, ਪਰ ਉਹ ਤੋਂ ਪਹਿਲਾਂ ਹੁਣ ਦੋਹਾਂ ਲਾਈਨਾਂ 'ਤੇ ਸਾਡੇ ਨਾਲ ਸਰੋਤੇ ਹੋ ਗਏ। ਹਾਂਜੀ, 0107 ਦੇ ਉੱਤੇ ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਹਾਂਜੀ, ਅੱਜ ਜਦ ਅਸੀਂ ਕਹਿੰਦੇ ਗੁਰੂ ਜਾਣ ਹੀ ਜਾਣ ਸੀਗੇ, ਜਿਸ ਵੇਲੇ ਗੁਰੂ ਹਜ਼ੂਰ ਸਾਹਿਬ ਸੀਗੇ, ਪਠਾਨ ਨੇ ਜਿਹੜਾ ਛੁਰਾ ਮਾਰਿਆ ਉਸ ਵੇਲੇ ਗੁਰੂ ਸਾਹਿਬ ਨੂੰ ਪਤਾ ਸੀ ਨਾ, ਜੇ ਭਾਣਾ ਸੀ ਤਾਂ ਫਿਰ ਗੁਰੂ ਸਾਹਿਬ ਨੂੰ ਦੂਜੇ ਪਠਾਨ ਦਾ ਸਿਰ ਕਿਉਂ ਲਾਉਣਾ ਪਿਆ? ਉਹ ਤਾਂ ਜੀ ਅਸੀਂ ਪਹਿਲਾਂ ਗੱਲ ਕਰਦੇ ਉਹਨਾਂ ਕੋਲ ਇਹਨਾਂ ਗੱਲਾਂ ਲਈ ਨੀ, ਉਹ ਜਿੱਦਾਂ ਦੇ ਜਿੰਨੇ ਸਵਾਲ ਕਰੀ ਜਾਣੇ ਉਹਨੇ ਹੋਰ ਮੋਹਰਿਓ ਟੁੱਚਰਾਂ ਘੜੀ ਜਾਣੀਆਂ। ਇਹ ਵੀ ਹੈ ਨਾ, ਜੇ ਅਸੀਂ ਇੱਕ ਪਾਸੇ ਸਿਰ ਨੂੰ ਫੌਜ ਰੱਖਣ ਦੀ ਲੋੜ ਹੀ ਨਹੀਂ ਸੀ ਪੈਣੀ ਨਾ, ਕਿਸੇ ਜੰਗ ਲੜਨ ਦੀ ਲੋੜ ਨੀ, ਕੋਈ ਹਥਿਆਰ ਦੀ ਲੋੜ ਹੀ ਨਹੀਂ ਸੀ, ਭਾਣਾ ਮੰਨਣਾ ਸੀ ਬਸ ਨਾ। ਤੇ ਕਈ ਵੇਲੇ ਗੁਰੂ ਅਰਜਨ ਜੀ ਨੂੰ ਕਹਿੰਦੇ ਸਭ ਕੁਝ ਤੁਰੇ ਤੇ ਆਇਆ ਨਾ, ਤੇ ਹਰ ਗੁਰੂ ਬਿਲ ਸ਼ਬਦ ਗੁਰਬਾਣੀ ਤੇ ਇੱਕੋ ਹੀ ਆ, ਬਾਕੀ ਗੁਰੂਆਂ ਨੂੰ ਚੇਤਾ ਆਇਆ ਸੀ ਪਾਣੀ ਦਾ? ਜੇ ਇਹ ਸ਼ਬਦ ਨੂੰ ਵਿਆਖਿਆ ਕਰਨੀ ਹੋਵੇ ਬਾਕੀ ਗੁਰੂਆਂ ਨੇ ਫਿਰ ਫੌਜ ਕਿਉਂ ਰੱਖੀ? ਹਰਗੋਬਿੰਦ ਸਾਹਿਬ ਨੇ ਉਹ ਤੇ ਬਾਅਦ ਫੌਜ ਦੀ ਤਿਆਰੀ ਰੱਖ ਲਏ ਸੀ, ਘੋੜੇ ਰੱਖ ਲਏ, ਸ਼ਾਸਤਰ ਰੱਖੇ, ਫਿਰ ਲਖਣ ਥੋੜ੍ਹੀ ਸ਼ਬਦ ਉਹਨਾਂ ਦੇ ਬਰਾਬਰ ਹੈ ਨਾ।
ਤਿੰਨਾ ਲਾਈਨਾਂ ਤੇ ਸਰੋਤੇ ਆ ਜੀ। ਹਾਂ ਸਵਾਗਤ ਹੈ ਜੀ ਤੁਹਾਡਾ। ਹੈਲੋ ਜੀ, ਵਟਸਐਪ ਦੇ ਉੱਤੇ ਤੁਸੀਂ ਆਉਣੇ ਰਹੋ ਜੀ। ਨਹੀਂ ਜੀ, ਤੁਸੀਂ ਇੰਨਾ ਨਹੀਂ ਸਾਡੇ ਕੋਲ ਟਾਈਮ ਹੁੰਦਾ। ਹਾਂਜੀ, ਇਹ ਮੇਰਾ ਖਿਆਲ ਕੈਨੇਡਾ ਤੋਂ ਆ ਵੀਰ ਜੀ, ਮੈਨੂੰ ਇੱਦਾਂ ਨਹੀਂ ਪਤਾ ਵੀ ਤੁਸੀਂ ਕੌਣ ਆ, ਪਰ ਚਲੋ। ਹਾਂਜੀ ਹਾਂਜੀ ਬਾਈ, ਸਤਿ ਸ੍ਰੀ ਅਕਾਲ ਜੀ। ਹਾਂਜੀ ਬਾਈ, ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਨਾਮ ਬੋਲਦਾ। ਹਾਂਜੀ ਹਾਂਜੀ, ਕਿੱਦਾਂ ਜੀ, ਕੀ ਹਾਲ ਆ? ਬਸ ਠੀਕ ਆ, ਤੁਸੀਂ ਸੁਣਾਓ? ਵਧੀਆ ਜੀ ਵਧੀਆ। ਤੇ ਮੈਂ ਤਾਂ ਚਲੋ ਦੋ ਕੁ ਮਿੰਟ ਲੈਣੇ ਆ, ਤੁਹਾਡਾ ਟਾਈਮ ਵੀ ਹੋ ਗਿਆ। ਤਾਂ ਮੈਂ ਇੱਕ ਤਾਂ ਪ੍ਰਭਦੀਪ ਬਾਰੇ ਇੱਕ ਮਿੰਟ ਦੀ ਗੱਲ ਕਰਨੀ ਆ। ਹਾਂਜੀ, ਉਹਨੇ ਉਹ ਜਦੋਂ ਵੀਡੀਓ ਨੇ 22 ਮਿੰਟ ਦੀ ਬਣਾਈ ਹੈ, ਤਾਂ ਉਹਨੇ ਆਪ ਕਹਿੰਦਾ ਕਿ ਮੈਨੂੰ 3 ਮਿੰਟ ਦਾ ਜਿਹੜਾ ਕਲਿੱਪ ਮਿਲਿਆ ਤੁਹਾਡਾ, ਉਹਦੇ ਉੱਤੇ ਉਹਨੇ 22 ਮਿੰਟ ਲਾਤੀ। ਉਸ ਬੰਦੇ ਨੇ ਕੋਸ਼ਿਸ਼ ਨਹੀਂ ਕੀਤੀ ਵੀ ਮੈਂ ਇਹ ਜਾਂਚ ਕਰ ਲਵਾਂ ਤੇ ਇਹ ਘੱਟ ਵੱਟ ਤਾਂ ਨਹੀਂ ਹੋਈ। ਫਾਇਦਾ ਉਹਨਾਂ ਦਾ ਸਵਾਰਥ ਸੀਗਾ ਨਾ ਵਿੱਚ, ਬਿਲਕੁਲ। ਹਾਂ ਹਾਂ, ਨਹੀਂ ਉਹ ਤਾਂ ਦਿਖਦਾ, ਉਹ ਤਾਂ ਸਾਰਿਆਂ ਨੂੰ ਦਿਖਦਾ ਵੀ ਉਹ ਜਿਹੜੇ ਪੈਟਰੋਲ ਆ ਨਾ, ਮਗ ਤਾਂ ਪਹਿਲੇ ਰਿਹਾ ਸੀਗਾ, ਉਹ ਤਾਂ ਬਹਾਨਾ ਲੱਭਦੇ ਸੀਗੇ ਭਾਂਬਣ ਬਚਾਉਣ ਨੂੰ। ਸਹੀ ਗੱਲ ਆ, ਉਹ ਤਾਂ ਦਿਖਦਾ ਹੀ ਹੈ ਨਾ। ਉਹ ਮੈਂ ਵੈਸੇ ਗੱਲ ਕਰਦਾ ਵੀ ਉਹ ਪ੍ਰੋਫੈਸਰ ਦਰਸ਼ਨ ਸਿੰਘ ਨਾਲ ਕੀ ਹੈ ਪਿੱਛੇ ਜੇ, ਜਦੋਂ ਉਹਨੂੰ ਕਿਹਾ ਕੀ ਮੇਰੇ ਗੁਰੂ ਦੀ ਦਾੜੀ ਪੱਟੀ ਗਈ, ਕੀ ਮੇਰਾ ਕੱਟ ਕੇ ਮੇਰੇ ਗੁਰੂ ਦੀ ਦਾੜੀ ਪੱਟੀ ਗਈ ਕਰਦਾ, ਉਹ ਅੱਜ ਤੱਕ ਉਹਨੂੰ ਪਿੱਟੀ ਜਾਂਦੇ ਆ ਲੈ ਕੇ। ਤੇ ਹੁਣ ਦੂਜੇ ਦੀ ਵਾਰੀ ਨੀ ਉਹਨੂੰ ਚੇਤਾ ਵੀ ਕਿਸੇ ਨਾਲ ਵੀ ਏਦਾਂ ਕੱਟਵਾਟ ਹੋ ਸਕਦੀ, ਹੁਣ ਸਿੱਧੇ ਵਾਲੀ ਵੀ ਲਿਖੀ ਜਾਂਦਾ। ਤੇ ਦੂਜੇ ਜਿਹੜੇ ਜਾਗਰੂਕਾਂ ਦਾ ਜਿਹੜਾ ਆਪਣੇ ਗੋਲਡੀ ਹੋਣਾ ਬਾਰੇ, ਤੁਹਾਨੂੰ ਯਾਦ ਹੋਣਾ ਬਈ ਉਹ ਪਿੱਛੇ ਜੇ 2-3 ਸਾਲ ਪਹਿਲਾਂ ਸ਼ਾਇਦ ਰਿੰਦਰ ਸਿੰਘ ਘੱਗਾ ਜੀ ਆਏ ਸੀਗੇ ਇੱਥੇ ਕੈਨੇਡਾ ਚ। ਹਾਂਜੀ, ਉਹਨਾਂ ਨੇ ਉਹ ਇੱਕ ਮੋਬਾਈਲ ਫੋਨ ਵਰਗੇ ਗੱਲ ਕੀਤੀ ਸੀ ਕੀ ਗੁਰੂ ਨਾਨਕ ਦੇਵ ਜੀ ਕਹਿੰਦਾ ਜੀ ਜੇ ਅੱਜ ਆ ਜਾਣ ਨਾ, ਤਾਂ ਉਹਨਾਂ ਨੂੰ ਮੋਬਾਈਲ ਫੋਨ ਉਹਨੇ ਜੇ ਉਹਨਾਂ ਨੂੰ ਕਿਸੇ ਨੇ ਫੜਾਤਾ, ਉਹਨੇ ਕਹਿਣਾ ਆਹ ਕਿਆ ਫੜਾਤਾ ਮੈਨੂੰ, ਆਹ ਕਿਆ ਵੱਟਾ ਜਿਹਾ, ਮੈਨੂੰ ਤਾਂ ਆਉਂਦਾ ਨੀ ਹੈਗਾ। ਤੇ ਕਹਿੰਦੇ ਉਹਨਾਂ ਨੂੰ ਸਿੱਖਣਾ ਪੈਣਾ। ਤੇ ਗੁਰੂ ਸਾਹਿਬ ਕੋਈ ਮਤਲਬ ਆਮ ਇਨਸਾਨ ਦੀ ਤਰ੍ਹਾਂ ਸੀਗੇ, ਉਹਨੂੰ ਕਿਹਾ ਆਪ ਗਿਆ ਚਰਿਆ ਮਾਂ। ਉਹਦੇ ਬਾਅਦ ਉਹ ਟਕਸਾਲੀਆਂ ਨੇ ਬਹੁਤ ਗੱਲ ਚੁੱਕੀ ਸੀਗੀ ਉਹਦੀ, ਤੇ ਉਦੋਂ ਇਹ ਗੋਲਡੀ ਬਲਰਾਜ ਹੋਣੀ ਤੇ ਇਹ ਘੱਗਾ ਜੀ ਦੇ ਹੱਕ ਚ ਖੜੇ ਸੀ। ਮੈਂ ਵੀ ਹੁਣ ਵੀ ਕਹਿੰਦਾ ਵੀ ਘੱਗਾ ਜੀ ਨੇ ਕੋਈ ਗਲਤ ਨੀ ਕਿਹਾ, ਤੇ ਮੈਂ ਗੱਲ ਕਰਦਾ ਵੀ ਘੱਗਾ ਜੀ ਦੇ ਹੱਕ ਚ ਖੜੇ ਸੀ। ਹੁਣ ਉਹ ਹੱਕ ਚ ਕਾਹਤੇ ਖੜੇ ਸੀ, ਕਿਉਂਕਿ ਘੱਗਾ ਜੀ ਦੇ ਤਾਰਾਂ ਹੁੰਦੇ ਹੋਣਾ ਨਾਲ ਜੁੜਦੀਆਂ, ਇਹ ਚਾਪਲੂਸੀ ਕਰਦੇ ਦਿੰਦੇ ਹੋਣਾ ਦੀ, ਬਿਲਕੁਲ ਤਾਂ ਖੜੇ ਸੀ ਹਨਾ। ਹੁਣ ਹੁਣ ਜਦੋਂ ਉਹੀ ਗੱਲ ਇੱਥੋਂ ਕੀਤੀ ਗਈ, ਗੱਲ ਤਾਂ ਕੋਈ ਹੈ ਹੀ ਨੀ, ਗੱਲ ਗਲਤ ਹੀ ਨੀ, ਉਹ ਤਾਂ ਕੱਟਵਟ ਅੱਠਵੇਂ ਪਾਸੇ ਤੇ ਗੱਲ ਹੀ ਨੀ ਹੋਈ, ਉਹ ਤਾਂ ਗੱਟਵਟ ਕੀਤੀ ਹੈ ਵਿੱਚੋਂ ਹੀ ਹੈਨਾ। ਹੁਣ 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 ਉਲਟ ਤੁਹਾਡੇ ਖਿਲਾਫ ਖੜੇ, ਹੁਣ ਉੱਥੇ ਵੀ ਲੇਖ ਪੈ ਰਹੇ ਆ, ਲਿਖੇ ਜਾ ਰਹੇ ਹਨਾ। ਉਹਨੇ ਤਾਂ ਉਹਨੇ ਆਪਣੀ ਆਪਣੀ ਅਕਲ ਦਾ ਜਨਾਜ਼ਾ ਕੱਢ ਦਿੱਤਾ ਉਹਨੇ, ਮੈਂ ਦੱਸ ਦਿੰਦਾ ਉਹ ਸਾਰਿਆਂ ਨੇ ਕੱਢਤਾ ਜੀ, ਬੜਾ ਬਹੁਤ ਵਧੀਆ ਹੋਇਆ। ਮੈਂ ਤਾਂ ਕਹਿੰਦਾ ਇਹਨਾਂ ਦੇ ਵਿਚਾਰਿਆਂ ਦਾ ਭਾਂਬੜ ਮੱਚ ਗਿਆ, ਪਤਾ ਲੱਗ ਗਿਆ ਇਹਨਾਂ ਦਾ। ਤੇ ਹਜੇ ਥੋੜਾ ਚਿਰ ਪਹਿਲਾਂ ਲੋਕ ਇਹ ਮੰਨਦੇ ਸੀਗੇ, ਇਹ ਗੱਲਾਂ ਆਮ ਹੁੰਦੀਆਂ ਸੀਗੀਆਂ ਕਿ ਗੁਰੂ ਸਾਹਿਬ ਜੀ ਕਈ ਜਿਹੜੇ ਜਨਮ ਵੀ ਹੋਏ ਨਾ ਉਹਨਾਂ ਦੇ ਨੋਰਮਲ ਆਪਣੇ ਲੌਂਗ ਲੈਚੀਆਂ ਨਾਲੇ ਹੋਏ ਆ, ਮੰਨਦੇ ਰਹੇ, ਹੁਣ ਤਿੱਕਰ ਵੀ ਮੰਨਦੇ ਰਹੇ ਬਹੁਤ, ਟਕਸਾਲੀ ਤਾਂ ਹਲੇ ਵੀ ਮੰਨਦੇ ਆ। ਉਹਨਾਂ ਨੂੰ ਆਮ ਮੰਨਦੇ ਹੀ ਨੀ ਹੈਗੇ ਹਲੇ ਕਿ ਸਾਰਾ ਵਰਤਾ ਗੱਲ। ਮੈਨੂੰ ਜਿੱਦਾਂ ਲੱਗਦਾ ਨਾ ਵੀ ਤੁਸੀਂ ਕਿਹਾ ਸੀਗਾ ਵੀ ਜਿੱਦਾਂ ਗੁਰਬਾਣੀ ਲਿਖੀ ਗਈ ਆ ਗੁਰੂ ਜੀ ਉੱਦਾਂ ਨੀ ਜੀਏ, ਕੀ ਉੱਦਾਂ ਜੀ ਇੱਦਾਂ ਤੁਹਾਡਾ ਕੋਈ ਕੁਐਸਚਨ ਸੀਗਾ ਹਨਾ। ਫਰਕ ਇੰਨਾ ਕਿ ਜਿੱਦਾਂ ਗੁਰੂ ਮੈਂ ਸ਼ਾਇਦ ਸਮਝਾ ਸਕਦਾ ਮਾੜੀ ਮੋਟੀ ਮਤਲਬ ਕੋਸ਼ਿਸ਼ ਕਰਦਾ ਤੁਹਾਡੇ ਅੰਦਰ, ਤੇ ਜਿੱਦਾਂ ਜੀਏ ਉੱਦਾਂ ਗੁਰਬਾਣੀ ਲਿਖੀ, ਕਹਿਣ ਦਾ ਮਤਲਬ ਤੇ ਜਿਹੜੇ ਜਿਹੜਾ ਤਜਰਬਾ ਆ ਗਿਆ ਗਲਤੀਆਂ ਵਿੱਚੋਂ ਜੋ ਸਹੀ ਸੀਗਾ ਕੱਢ ਕੇ ਤੁਹਾਡੇ ਕੋਲ ਰੱਖੀ ਗਿਆ। ਨਹੀਂ ਨਹੀਂ, ਬਸ ਉਹ ਗੱਲ ਜਦੋਂ ਨਾ ਅਸੀਂ ਇਹ ਕਹਿਣਾ ਵੀ ਜਿੱਦਾਂ ਜੀਏ ਆ ਉੱਦਾਂ ਗੁਰਬਾਣੀ ਲਿਖੀ ਆ, ਫਿਰ ਪੰਗਾ ਇਹ ਪੈ ਜਾਂਦਾ ਜਦੋਂ ਟਕਸਾਲੀ ਜਿਹੜੀਆਂ ਗੱਲਾਂ ਗੁਰਬਾਣੀ ਤੋਂ ਬਾਹਰ ਦੀਆਂ ਨਾ ਉਹਨਾਂ ਦੀਆਂ, ਉਹਨਾਂ ਨੂੰ ਵੀ ਲਿਆ ਕੇ ਸਾਡੇ ਉੱਤੇ ਗੁਰਬਾਣੀ ਵਾਂਗ ਹੀ ਥੋਪਦੇ ਆ, ਉਹਦੇ ਉੱਤੇ ਫੈਸਲਾ ਕਰਨਾ ਔਖਾ। ਜਿੱਦਾਂ ਹੁਣ ਸੱਪ ਦੇ ਛਾਂ ਕਰਨ ਦੀ ਗੱਲ ਆ, ਉਹ ਕਹਿੰਦੇ ਵੀ ਜਿੱਦਾਂ ਜੀਏ ਉੱਦਾਂ ਗੁਰਬਾਣੀ ਲਿਖੀ ਆ, ਬੇਸ਼ੱਕ ਗੁਰਬਾਣੀ ਚ ਨਹੀਂ ਆਈ ਪਰ ਹੈਗੇ ਤਾਂ ਜੀਏ ਤਾਂ ਵਧੀਆ ਹੈ ਉਹ। ਉਹਨੇ ਗੁਰੂ ਸਾਹਿਬ ਦੀ ਮਤਲਬ ਜਦੋਂ ਗੁਰਤਕ ਦੀ ਉਹਨੇ ਸਮਝ ਲਿਆ ਵੀ ਮਤਲਬ ਗੁਰਤਕ ਦੀ ਇੱਕ ਜ਼ਿੰਮੇਵਾਰੀ ਸੀਗੀ ਵੀ ਜਿਹੜੀ ਆਹ ਮੈਂ ਲਹਿਰ ਹੈ ਉਹਦੀ ਜ਼ਿੰਮੇ, ਪਰਿਵਾਰਕ ਤਾਂ ਆਮ ਜੀਵਨ ਸੀਗਾ, ਵਿਆਹ ਵੀ ਹੋਏ ਆ ਗੁਰੂ ਸਾਹਿਬ ਦੇ ਸਰ, ਇੱਕ ਬੈਠ ਕੇ ਕੁੜਮਾਨ ਕੁੜਮਾਚਾਰੀ ਚ ਗੱਲਾਂ ਬਾਤਾਂ ਵੀ ਕੀਤੀਆਂ, ਉਹਨੇ ਸਾਰਾ ਕੁਛ ਹੋਇਆ ਉਹ ਤਾਂ
ਉਹਨੂੰ ਤੁਸੀਂ ਤਾਂ ਥੋੜਾ ਆਪਣੇ ਸਿਰ ਤੇ ਸਾਡੇ ਦੇ ਉਹ ਤਾਂ ਵੱਧ ਬੰਦੇ ਮਿਲੇ ਆ ਤੇ ਹੁਣ ਕਰਤਾਰਪੁਰ ਵਸਾਇਆ ਗੁਰੂ ਸਾਹਿਬ ਨੇ ਛੱਡਣ ਲਈ ਥੋੜਾ ਵਸਾਇਆ ਹੋਣਾ ਪਰ ਫੈਸਲਾ ਲੈਣਾ ਪੈ ਗਿਆ ਉਹ ਨਿਕਲ ਗਿਆ ਗਲਤ ਮੋਰੇ ਬੰਦੇ ਗਲਤ ਹੋ ਗਏ ਪੈ ਗਿਆ ਬਿਲਕੁਲ ਠੀਕ ਗੱਲ ਉਹ ਗੱਲ ਤਾਂ ਸਾਰੀ ਦੀ ਸਾਰੀ ਜੁੜ ਜਾਣੀ ਆ ਜਦੋਂ ਅਸੀਂ ਇਮਾਨਦਾਰੀ ਨਾਲ ਜੋੜਨੀ ਜੋੜਨੀ ਇਹਨਾਂ ਨੂੰ ਵੀ ਇਦਾਂ ਹੀ ਪੈਣੀ ਆ 20 ਸਾਲ ਠਹਿਰ ਕੇ ਜੋੜ ਲੂਗੇ ਇਹ ਮੈਨੂੰ ਬੜਾ ਹੌਸਲਾ ਮਿਲਿਆ ਗੱਲਾਂ ਦੇ ਵਿੱਚੋਂ ਕਿਉਂਕਿ ਤੁਸੀਂ ਇੱਕ ਗਲਤੀ ਮੈਂ ਟਰੱਕ ਲਿਆ ਇੱਥੇ ਬੜਾ ਹੋਇਆ ਘਾਟਾ ਬੜਾ ਪਿਆ ਮੈਂ ਹੁਣ ਹੋਰ ਕਿਸੇ ਨੂੰ ਦੱਸਦਾ ਵੀ ਇੱਦਾਂ ਨੀ ਉਹ ਮੈਂ ਉਹਦੇ ਤੇ ਹੌਸਲਾ ਨੀ ਛੱਡ ਦੇਣਾ ਹੁੰਦਾ ਤੇ ਤਾਂ ਉਹ ਮੇਰੇ ਰਸਤਾ ਥੋੜਾ ਬੰਦ ਹੋ ਗਿਆ ਬਸ ਆ ਗੱਲ ਨੁਕਤਾ ਇਹੀ ਸਮਝਣੇ ਵਾਲਾ ਸੀਗਾ ਵੀ ਜੇ ਇੱਦਾਂ ਤੁਸੀਂ ਗੁਰੂਆਂ ਨੂੰ ਇਹ ਸਮਝੋਗੇ ਨਾ ਵੀ ਗੁਰੂ ਤਾਂ ਪਹਿਲੇ ਧੁਰ ਤੋਂ ਹੀ ਇੱਦਾਂ ਸਾਰਾ ਕੁਝ ਵਾਪਰਿਆ ਫਿਰ ਅਸੀਂ ਸਿੱਖ ਉਹਦੇ ਗੁਰੂ ਸਾਹਿਬ ਦੇ ਜਿਹੜਾ ਪ੍ਰੈਕਟੀਕਲੀ ਤੌਰ ਤੇ ਅਸੀਂ ਸਿੱਖ ਨੀ ਬਣ ਸਕਦੇ ਉਹਦੇ ਫਿਰ ਤਾਂ ਦੇਵੀ ਦੇਵਤਿਆਂ ਵਾਲੀ ਗੱਲ ਆ ਉਹ ਉਹਨਾਂ ਦੇ ਦੇਵੀ ਦੇਵਤਿਆਂ ਵਾਂਗਰ ਮੰਨੀ ਜਾਓ ਕਿ ਦੇਵੀ ਦੇਵਤਿਆਂ ਵਾਂਗਰ ਹਿੰਦੂ ਬਣ ਨੀ ਸਕਿਆ ਅੱਜ ਤੱਕ ਅਸੀਂ ਵੀ ਨੀ ਬਣ ਸਕਦੇ ਗੁਰੂ ਵਰਗੇ ਫਿਰ ਕੋਈ ਸ਼ੱਕ ਨੀ ਤੇ ਬਸ ਇਹੀ ਗੱਲਾਂ ਕਰਨੇ ਤੇ ਠੀਕ ਹੈ ਭਾਜੀ ਤੁਹਾਡਾ ਟਾਈਮ ਵੀ ਹੋ ਚੱਲਿਆ ਤੇ ਫਿਰ ਮਾਰਨੇ ਗੱਲਬਾਤ ਥੈਂਕ ਯੂ ਜੀ 0108 ਦੇ ਉੱਤੇ ਹੈਲੋ ਜੀ ਹੈਲੋ ਨਿਕ ਭਾਈ ਸਤਿ ਸ੍ਰੀ ਅਕਾਲ ਜੀ ਨਵਦੀਪ ਸਿੰਘ ਬੋਲਦਾ ਜੀ ਆਸਟ੍ਰੇਲੀਆ ਤੋਂ ਹਾਂਜੀ ਹੋਰ ਕੀ ਹਾਲ ਚਾਲ ਹੈ ਠੀਕ ਹੈ ਜੀ ਸੋਰੀ ਤੁਹਾਨੂੰ ਲੰਬਾ ਚਿਰ ਕੋਈ ਗੱਲ ਨਹੀਂ ਅਸੀਂ ਤਾਂ ਉਧਰੋਂ ਵੀ ਰੇਡੀਓ ਸੁਣਨਾ ਹੁੰਦਾ ਇਧਰੋਂ ਵੀ ਰੇਡੀਓ ਸੁਣਨਾ ਹੁੰਦਾ ਸਾਨੂੰ ਤਾਂ ਸੇਮ ਹੀ ਹੈ ਜੀ ਹਾਂਜੀ ਅੱਛਾ ਭਾਈ ਜਿਹੜਾ ਇਹਨਾਂ ਨੇ ਵਿਰੋਧ ਕੀਤਾ ਭਾਈ ਸਾਹਿਬ ਉਹਨਾਂ ਦਾ ਹਾਂਜੀ ਮੈਂ ਉਹਦੇ ਵਿੱਚ ਛੋਟੀ ਜਿਹੀ ਗੱਲ ਤੁਹਾਡੇ ਰੇਡੀਓ ਦੇ ਸਾਫ ਤੇ ਮੈਸੇਜ ਦੇਣਾ ਚਾਹੁੰਦਾ ਸੀਗਾ ਹਾਂਜੀ ਹੈਨਾ ਤੇ ਵਿਰੋਧ ਦਾ ਦੇਖੋ ਕੋਈ ਕਾਰਨ ਤਾਂ ਹੈ ਹੀ ਨੀ ਸੀਗਾ ਨਾ ਵਿਰੋਧ ਦਾ ਐਵੇਂ ਇਹਨਾਂ ਨੇ ਜੱਬਲੀਆਂ ਮਾਰਨੀਆਂ ਕਿੰਨੀ ਆਪਣੀ ਬੇਇੱਜ਼ਤੀ ਕਰਾਈ ਇਹਨਾਂ ਨੇ ਹਨਾ ਕਿੰਨੀ ਬੇਇੱਜ਼ਤੀ ਕਰਾਈ ਦੇਖੋ ਇੱਕ ਬੰਦੇ ਦੇ ਵਿੱਚ ਕਿੰਨੀ ਸਹਿਜਸ਼ੀਲਤਾ ਆ ਕਿੰਨੇ ਪਿਆਰ ਨਾਲ ਇਹਨਾਂ ਨੂੰ ਸਮਝਾਇਆ ਉਹਨੇ ਹੈਨਾ ਕਿੰਨੇ ਪਿਆਰ ਨਾਲ ਇਹਨਾਂ ਨੂੰ ਵਾਪਸ ਮੋੜਿਆ ਉਹਨਾਂ ਨੇ ਹਨਾ ਪਰ ਫਿਰ ਵੀ ਇਹਨਾਂ ਨੂੰ ਸ਼ਰਮ ਨੀ ਆਉਂਦੀ ਭਾਜੀ ਨਹੀਂ ਉਹ ਤਾਂ ਖਾਨਾ ਹੀ ਹੈ ਨਹੀਂ ਨਾ ਇਹੋ ਜੇ ਭਾਜੀ ਮੈਂ ਤਾਂ ਇਹ ਸੋਚਦਾ ਇਹੋ ਜੇ ਸਿੱਖ ਬਣਨ ਨਾਲੋਂ ਤਾਂ ਪੰਡਿਤ ਬਣਨਾ ਈਜ਼ੀ ਨੀ ਹੈਗਾ ਬਿਲਕੁਲ ਜੇ ਇਹੋ ਜੇ ਸਿੱਖ ਸਾਡੇ ਇੰਨੇ ਬੂਝੜ ਨੇ ਵਿੱਚ ਬੰਦੇ ਇੰਨੇ ਟਕਸਾਲੀ ਜੇ ਇੰਨੇ ਬੂਝੜ ਨੇ ਇਹਨਾਂ ਨਾਲੋਂ ਤਾਂ ਆਪਾਂ ਪੰਡਿਤ ਬਣ ਜਾਈਏ ਯਾਰ ਉਹਨਾਂ ਨੂੰ ਪਤਾ ਤਾਂ ਹੈਗਾ ਪੰਡਿਤ ਮੰਗਦੇ ਹੁੰਦੇ ਨੇ ਹਨਾ ਮੰਗਦੇ ਨੇ ਲੋਕਾਂ ਨੂੰ ਝੂਠਿਆਂ ਦੇ ਵਿੱਚ ਅੰਧ ਵਿਸ਼ਵਾਸਾਂ ਚ ਪਾਉਂਦੇ ਲੋਕਾਂ ਨੂੰ ਪਤਾ ਤਾਂ ਹੈਗਾ ਨਾ ਤੇ ਕਿੱਦਾਂ ਦੇ ਗੁਰੂ ਦੇ ਸਾਡੇ ਚੋਲੇ ਦੇ ਵਿੱਚ ਕਿੱਦਾਂ ਦੇ ਲੋਕੀ ਵੜ ਗਏ ਨੇ ਭਾਜੀ ਸ਼ਰਮ ਆਉਂਦੀ ਹੈ ਭਾਜੀ ਇਹਨਾਂ ਨੂੰ ਦੇਖ ਕੇ ਨਾ ਆਪਣੇ ਆਪ ਇਹੋ ਜਿਹੇ ਬੰਦਿਆਂ ਨੂੰ ਦੇਖ ਕੇ ਲੋਕ ਆਪਣੇ ਰੀਅਲ ਸਿੱਖਾਂ ਦੀ ਕ੍ਰੈਡੀਬਿਲਟੀ ਵੀ ਲੋਸ ਕਰਦੇ ਨੇ ਭਾਜੀ ਬਹੁਤ ਭਵਿੱਖ ਆਪਣਾ ਭਵਿੱਖ ਵੀ ਖਤਮ ਕਰ ਰਹੇ ਆ ਬਾਕੀ ਜਿਹੜੇ ਇਹਨਾਂ ਤੇ ਪਹਿਰਾ ਦੇਣ ਵਾਲੇ ਉਹਨਾਂ ਦਾ ਵੀ ਹਾਂਜੀ ਹੈਨਾ ਦੇਖੋ ਤੁਸੀਂ ਜੇ ਹੁਣ ਜਿਹੜੇ ਲੋਕੀ ਸਾਨੂੰ ਦੇਖਦੇ ਨੇ ਹਨਾ ਜਿਹੜੇ ਲੋਕਾਂ ਨੂੰ ਪਤਾ ਜਦ ਇਹੋ ਜਿਹੇ ਸਿੱਖਾਂ ਨੂੰ ਦੇਖਦੇ ਨੇ ਇਹਨਾਂ ਦਾ ਮੈਂ ਤਾਂ ਇਹ ਸੋਚਦਾ ਇਹਨਾਂ ਦਾ ਜੀਵਨ ਕਿੱਦਾਂ ਦਾ ਹੋਊਗਾ ਭਾਜੀ ਪਰਿਵਾਰ ਦੇ ਵਿੱਚ ਕਿੱਦਾਂ ਰਹਿੰਦੇ ਹੋਊਗੇ ਇਹੋ ਜਿਹੇ ਬੂਝੜ ਬੰਦੇ ਮੈਨੂੰ ਤਾਂ ਸਮਝ ਨੀ ਆਉਂਦੀ ਹੈਗੀ ਇਹਨਾਂ ਦੀਆਂ ਘਰ ਵਾਲੀਆਂ ਨੇ ਤਾਂ ਛਿੱਤਰ ਨੀ ਮਾਰਦੀਆਂ ਤੁਸੀਂ ਵਿਰੋਧ ਕਰਨ ਤੁਰਿਓ ਤੁਹਾਡੇ ਕੋਲ ਗੱਲ ਹੈਗੀ ਕੋਈ ਇਹਨਾਂ ਦੇ ਬੱਚੇ ਇਹਨਾਂ ਕੋਲ ਸਵਾਲ ਕਰਦੇ ਨੀ ਹੋਊਗੇ ਭਾਜੀ ਸਾਡੇ ਬੱਚੇ ਤਾਂ ਹਜੇ ਮੇਰੇ 7 ਸਾਲ ਦਾ ਬੱਚਾ ਮੈਂ ਮਾੜਾ ਜਿਹਾ ਕਿਤੇ ਆਪਣਾ ਪੇਸ਼ੈਂਸ ਲੂਜ਼ ਕਰਾਂ ਉਹ ਮੈਨੂੰ ਕੁਐਸਚਨ ਕਰਦਾ ਪਾਪਾ ਵਟ ਇਜ਼ ਰੋਂਗ ਹੁੰਦਾ ਆ ਬਿਲਕੁਲ ਪਾਪਾ ਕਿਉਂ ਤੁਸੀਂ ਇੰਨਾ ਕਿਉਂ ਲਾਊਡ ਆਵਾਜ਼ ਕਰ ਰਹੇ ਆ ਤੁਸੀਂ ਆਪਣੀ ਹਨਾ ਮੰਮਾ ਨੇ ਤਾਂ ਇੱਦਾਂ ਕਿਹਾ ਹੀ ਨੀ ਹੈਨਾ ਸਾਡੇ 7 ਸਾਲਾਂ ਦੇ ਬੱਚੇ ਸਾਨੂੰ ਕੁਐਸਚਨ ਕਰ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਕੋਈ ਕੁਐਸਚਨ ਨੀ ਕਰਦਾ ਭਾਜੀ ਇਹਨਾਂ ਨੇ ਨਹੀਂ ਨਹੀਂ ਹੋਰ ਹੁਣ ਦੇਖੋ ਇੱਥੋਂ ਇੱਕ ਐਗਜ਼ਾਮਪਲ ਦਿੰਦਾ ਮੈਂ ਹਾਂਜੀ ਜਿਹੜਾ ਪੰਥਪ੍ਰੀਤ ਸਿੰਘ ਦਾ ਢੋਲਕੀ ਆ ਜਸਵਿੰਦਰ ਹਾਂਜੀ ਤੁਹਾਨੂੰ ਲੱਗਦਾ ਵੀ ਸਵਾਲ ਕਰਦਾ ਹੋਊਗਾ ਉਹ ਭਾਜੀ ਇਹਨਾਂ ਦੀ ਤਾਂ ਮੈਂ ਤਾਂ ਸਮਝ ਹੀ ਨੀ ਆਉਂਦੀ ਹੈ ਨਾ ਕਿ ਐਡੇ ਐਡੇ ਜੇ ਇਹਨਾਂ ਦੇ ਕੋਲ ਬਹਿ ਕੇ ਵੀ ਇਹਨਾਂ ਨੇ ਕੁਛ ਨੀ ਸਿੱਖਿਆ ਯਾਰ ਬਸ ਫਿਰ ਹੁਣ ਉੱਥੋਂ ਅੰਦਾਜ਼ਾ ਲਾਓ ਅਸੀਂ ਤਾਂ ਸਤਸੰਗ ਇੱਕ ਇੱਕ ਦੀਵਾਨ ਮਿਸ ਕੀਤਾ 2 ਸੁਣੇ 4 ਸੁਣੇ ਅਸੀਂ ਇੰਨਾ ਕੁਛ ਸਿੱਖ ਗਏ ਹਨਾ ਕਿੰਨਾ ਸਾਡੇ ਜੀਵਨ ਦੇ ਵਿੱਚ ਚੇਂਜ ਆ ਗਈ ਸਾਡੇ ਮੂਹਰੇ ਕੋਈ ਹੈ ਨਾ ਬੰਦਾ ਹੁਣ ਸਾਨੂੰ ਜਿੰਨੀ ਮਰਜ਼ੀ ਗਾਲਾਂ ਕੱਢੀ ਜਾਵੇ ਸਾਨੂੰ ਗੁੱਸਾ ਹੀ ਨੀ ਆਉਂਦਾ ਹੈਨਾ ਇਹਨਾਂ ਨੇ ਕੋਈ ਦੀਵਾਨ ਨੀ ਛੱਡਿਆ ਕੋਈ ਨੀ ਕੁਛ ਨੀ ਕੀਤਾ ਨਾ ਬੈਠ ਕੇ ਢੋਲਕੀਆਂ ਵਜਾਈਆਂ ਫਿਰ ਨੀ ਇਹਨਾਂ ਦੀ ਮਤ ਨੂੰ ਸਮਝ ਆਈ ਤੇ ਇਹਨਾਂ ਦੀ ਆਣੀ ਕਿੱਥੋਂ ਆ ਸਮਝ ਦੱਸੋ ਨਾ ਨਾ ਉਹ ਜਿਹੜਾ ਨਾ ਪਰਮਜੀਤ ਸਿੰਘ ਖਾਲਸਾ ਆ ਆਨੰਦਪੁਰ ਵਾਲਾ ਹਾਂਜੀ ਕਥਾਕਾਰ ਆ ਨਾਲ ਆਪਣਾ ਕਰਦਾ ਉਹ ਉਦੋਂ ਨਾ 10-12 ਸਾਲ ਪਹਿਲਾਂ ਉਹਦੀ ਕਿਸੇ ਨਾਲ ਗੱਲ ਕੀਤੀ ਏਦਾਂ ਭਈ ਜੀ ਪਤਾ ਲੱਗਾ ਵੀ ਕੈਨੇਡਾ ਦੇ ਵਿੱਚ ਅਮਰੀਕਾ ਏਦਾਂ ਉਹਨਾਂ ਕੰਟਰੀਆਂ ਦੇ ਵਿੱਚ ਦੰਦਾਂ ਦਾ ਇੰਸ਼ੋਰੈਂਸ ਨਹੀਂ ਹੁੰਦਾ ਤੇ ਉਹ ਦੰਦਾਂ ਦੇ ਡਾਕਟਰ ਜਿਹੜੇ ਆ ਉਹ ਬੜੇ ਮਹਿੰਗੇ ਆ ਉਹ ਹਾਂਜੀ ਮਹਿੰਗੇ ਹੁੰਦੇ ਆ ਹਾਂਜੀ ਉਹਨੇ 2 ਨਿਆਣੇ ਆਪਣੇ ਉੱਥੇ ਦੰਦਾਂ ਦੇ ਡਾਕਟਰ ਬਣਾਏ ਆ ਹੁਣ ਠੀਕ ਹੈ ਜੀ ਮਤਲਬ
ਭਈ ਇਸ ਤਰੀਕੇ ਨਾਲ ਇਹ ਆਪਣੀ ਜ਼ਿੰਦਗੀ ਨੂੰ ਵਿਉਂਤਦੇ ਆ। ਹਾਂਜੀ, ਬਾਕੀਆਂ ਨੂੰ ਕਹਿੰਦੇ ਆ ਵੀ ਤੁਸੀਂ ਹਥਿਆਰ ਚੱਕੋ ਤੇ ਜਿਹੜਾ ਦਸਮ ਗ੍ਰੰਥ ਦੇ ਬਾਰੇ ਬੋਲਦਾ ਨਾ ਉਹਨੂੰ ਸੋਧਾ ਲਾਓ। ਹਾਂਜੀ, ਆਪਣੇ ਦੋਵੇਂ ਨਿਆਣੇ ਬਾਹਰ ਸੈੱਟ ਕੀਤੇ ਆ ਭਾਜੀ, ਇਹ ਸਾਰਿਆਂ ਸਾਰੇ ਜਿੰਨੇ ਵੀ ਵੱਡੇ ਇਹਨਾਂ ਦੇ ਨਾ ਜਿਹੜੇ ਟਕਸਾਲੀ ਖਾਸ ਕਰਕੇ ਨਾ, ਇਹਨਾਂ ਨੇ ਹਰੇਕ ਦੇ ਪਰਿਵਾਰ ਦੇ ਵਿੱਚ ਇਹੋ ਜਿਹਾ ਜੀਵਨ ਹੈ ਜੀ। ਇਹਨਾਂ ਦੇ ਆਪਣੇ ਨਿਆਣਿਆਂ ਨੂੰ ਪਤਾ ਹੀ ਨੀ ਕੀ ਕਰ ਰਹੇ ਨੇ, ਜੇ ਉਹ ਪੁੱਛਦੇ ਨੇ ਇਹਨਾਂ ਨੂੰ ਕਹਿੰਦੇ ਨਹੀਂ ਨਹੀਂ ਜੀ ਤੁਸੀਂ ਵਿੱਚ ਨਾ ਆਓ, ਇਹ ਸਾਡਾ ਧਾਰਮਿਕ ਮਸਲਾ ਆ ਹਨਾ। ਇਹ ਆਪਣੇ ਨਿਆਣਿਆਂ ਨੂੰ, ਇਹ ਲੋਕਾਂ ਦੇ ਨਿਆਣੇ ਜਿਹੜੇ ਨਾ, ਹਜੇ ਸਾਡੀ ਨੌਜਵਾਨੀ ਜਿੱਦਾਂ ਖੜੀ ਹੋ ਰਹੀ, ਸਿੱਧਾ ਭਾਈ ਰਣਜੀਤ ਸਿੰਘ ਉਹਨਾਂ ਨੇ ਸਮਝਾਉਣਾ ਸ਼ੁਰੂ ਕੀਤਾ ਨਾ ਭਾਜੀ ਨੌਜਵਾਨਾਂ ਨੂੰ ਹਨਾ, ਹੁਣ ਇਹਨਾਂ ਦੇ ਮਗਰ ਕਿਸੇ ਨੇ ਲੱਗਣਾ ਨੀ ਜੀ। ਇਹਨਾਂ ਕੋਲ ਤਾਂ ਇਹਨਾਂ ਨੇ ਮਿਹਨਤਾਂ ਕਰ ਕਰਕੇ 100 ਬੰਦਾ ਨੀ ਇਹਨਾਂ ਕੋਲ ਇਕੱਠਾ ਹੋਇਆ ਕਰਨਾ, ਅਗਲੇ 5-7 ਸਾਲ ਦਾ ਉਹ ਹੋਰ, ਜੇ ਭਾਈ ਸਾਹਿਬ ਉਹਨਾਂ ਦਾ ਜੀਵਨ ਸਹੀ ਰਿਹਾ, ਮਤਲਬ ਭਾਈ ਉਹਨਾਂ ਦੀ ਸਿਹਤ ਵੱਲੋਂ ਉਹਨਾਂ ਦੇ ਪ੍ਰਮਾਤਮਾ ਨੇ ਜੇ ਲੰਬਾ ਜੀਵਨ ਦਿੱਤਾ ਨਾ ਉਹਨਾਂ ਨੂੰ, ਤੇ ਇਹਨਾਂ ਦੇ ਦੀਵਾਨਾਂ ਦੇ ਵਿੱਚ 50 ਬੰਦੇ ਇਕੱਠੇ ਕਰਨੇ, ਇਹਨਾਂ ਕੋਲ ਔਖੇ ਹੋ ਜਾ ਕਰਨੇ ਆ, ਜਿਹੜੇ ਬੂਝੜੇ ਜਿਹੜੇ ਇਕੱਠੇ ਹੋ ਕੇ ਇਹਨਾਂ ਦਾ ਵਿਰੋਧ ਕਰਦੇ ਨੇ। ਨਹੀਂ ਬਿਲਕੁਲ, ਉਹਦੇ ਵਿੱਚ ਦੋ ਹੀ ਚੀਜ਼ਾਂ ਜੀ, ਜਾਂ ਤਾਂ ਡਟ ਕੇ ਸਟੈਂਡ ਲੈਣਗੇ, ਨਹੀਂ ਤਾਂ ਸਿਆਣੇ ਬੰਦੇ ਨੂੰ ਕਨਵਿੰਸ ਕਰਨਾ ਇਹਨਾਂ ਲਈ ਬਹੁਤ ਔਖਾ ਹੋਣਾ, ਜੋ ਮਰਜ਼ੀ ਕਰ ਲੈਣੇ। ਭਾਜੀ ਇਸ ਕਨਵਿੰਸ ਕਿੱਦਾਂ ਕਰ, ਇਹਨਾਂ ਕੋਲ ਕੋਈ ਗੱਲ ਹੀ ਨੀ ਹੈਗੀ ਵਿਰੋਧ ਕਰਨ ਲਈ ਹਨਾ, ਉਹੀ ਚੱਕੀ ਫਿਰਦੇ ਨੇ ਆਪਣੀਆਂ ਟੱਲੀਆਂ, ਉਹੀ ਚੱਕੀ ਫਿਰਦੇ ਨੇ। ਮੈਂ ਤਾਂ ਇਹਨਾਂ ਕਹਿੰਦਾ, ਮੈਂ ਇਹ ਦੇਣਾ ਚਾਹੁੰਦਾ ਇਹਨਾਂ ਭਰਾਵਾਂ ਨੂੰ ਮੈਸੇਜ, ਭਾਈ ਤੁਸੀਂ ਤਾਂ ਆਪਣੀ ਕ੍ਰੈਡੀਬਿਲਟੀ ਲੂਜ਼ ਕਰ ਰਹੇ ਹੋ, ਸਾਡਾ ਵੀ ਕਿਉਂ ਭੁੱਖ ਖਰਾਬ ਕਰ ਰਹੇ ਹੋ ਨਾਲੇ। ਬਿਲਕੁਲ ਵੀਰੇ, ਇੱਕ ਸਵਾਲ ਆ ਵੀ ਜੇ ਇਹ ਮੇਰੇ ਬਾਰੇ ਨਾਂ ਲੈ ਕੇ ਇੱਦਾਂ ਬੋਲ ਸਕਦੇ ਆ, ਜਦੋਂ ਮੈਂ ਪਹਿਲਾਂ ਪੰਥਪ੍ਰੀਤ ਸਿੰਘ ਬਾਰੇ ਇੰਨਾ ਕੁਛ ਕਿਹਾ ਉਦੋਂ ਕਿਉਂ ਨੀ ਡਟ ਕੇ ਬੋਲੇ? ਹਾਂਜੀ, ਹੁਣ ਇਹਦਾ ਮਤਲਬ ਬੇਈਮਾਨੀ ਆ ਅੰਦਰ, ਬੇਈਮਾਨੀ ਆ ਦਿਮਾਗ ਚ ਇਹਨਾਂ ਦੇ, ਬੇਈਮਾਨੀ ਆ ਜੀ। ਬਹੁਤ 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 ਨੀਚ ਹਰਕਤ ਕਰ ਰਹੇ, ਬਹੁਤ ਬਹੁਤ ਥੱਲੇ ਡਿੱਗ ਗਏ ਜੀ, ਬਹੁਤ ਜ਼ਿਆਦਾ। ਹੁਣ ਕਮਲਿਓ, ਜਦੋਂ ਤੁਹਾਡੇ ਬਾਰੇ ਕਿਹਾ ਜਾਂਦਾ, ਪਸੰਦ ਹੀ ਨੀ ਹੈਗਾ ਜੀ, ਠੀਕ ਆ ਭਾਜੀ ਤੁਹਾਡਾ ਸੁਭਾਅ ਥੋੜਾ ਕਰੜਾ ਆ, ਇਹੋ ਜਿਹੇ ਬੰਦੇ ਨਾਲ ਸੁਲਝਣਾ ਹੀ ਹੱਲ ਹੀ ਨੀ ਹੈਗਾ ਕੋਈ। ਨਹੀਂ ਨਹੀਂ, ਉਹ ਦੇਖੋ ਕਿ ਇਹ ਤਾਂ ਬੰਦੇ ਦਾ ਦਿਮਾਗ ਖਰਾਬ ਕਰ ਦਿੰਦੇ ਨੇ, ਦੋ ਕੁ ਗੱਲਾਂ ਇਹੋ ਜਿਹੀਆਂ ਸਿੱਟਦੇ ਨੇ, ਗੰਦੀਆਂ ਗੰਦੀਆਂ ਜਿਹੀਆਂ ਗੱਲਾਂ ਕਰਦੇ ਨੇ, ਬੰਦਾ ਪਾਗਲ ਹੋਣ ਚ ਆ ਜਾਂਦਾ ਨਾ। ਨਹੀਂ, ਕਿਰਪਾਲ ਸਿੰਘ ਬਠਿੰਡੇ ਨਾਲ ਮੈਂ ਕਿਹੜੀ ਸਖਤੀ ਕੀਤੀ, ਗੋਲਡੀ ਨਾਲ ਕਿਹੜੀ ਸਖਤੀ ਕੀਤੀ, ਬਲਰਾਜ ਨਾਲ ਕਿਹੜੀ ਸਖਤੀ ਕੀਤੀ ਆ? ਉਹ ਸਾਬਤ ਕਰ ਦਿੰਦੇ ਤਾਂ ਫਿਰ ਉਸ ਵੇਲੇ ਵੀ ਜੇ ਜੇ ਮੂਹਰਿਓ ਮੌਕਾ ਮਿਲੇ ਤਾਂ ਏਦਾਂ ਗੱਲ ਕਰੀ ਦੀ ਆ। ਹਾਂਜੀ ਹਾਂਜੀ ਹਾਂਜੀ, ਮੈਨੂੰ ਮਤਲਬ ਇਹਨਾਂ ਦੇ ਭਾਜੀ, ਵੈਸੇ ਇਹ ਵੀ ਗੱਲ ਹੈ ਕਿ ਇਹਨਾਂ ਦੇ ਜਿਹੜੇ ਸਮਝਾਏ ਗਏ ਬੰਦੇ ਆ ਨਾ, ਉਹਨਾਂ ਨੂੰ ਇਹੋ ਜਿਹਾ ਸਖਤ ਬੰਦਾ ਹੀ ਥੋੜਾ ਜਿਹਾ ਦਬਾਅ ਦੇ ਵਿੱਚ ਰੱਖ ਕੇ ਲੈ ਸਕਦਾ, ਆਮ ਬੰਦੇ ਨੂੰ ਤਾਂ ਇਹ ਬੋਲਣ ਨੀ ਦਿੰਦੇ ਹੈਗੇ। ਇਹਨਾਂ ਕੋਈ ਲੌਜਿਕ ਹੁੰਦਾ ਨੀ, ਇਹਨਾਂ ਨੇ ਬੰਦੇ ਨੂੰ ਡਰਾਉਣਾ ਹੁੰਦਾ। ਬਿਲਕੁਲ ਬਿਲਕੁਲ, ਅਸੀਂ ਕੋਈ ਭੰਡ ਮਰਾਸੀ ਬਣ ਕੇ ਥੋੜੀ ਵਿਚਰ ਸਕਦੇ ਹਾਂ ਵੀ ਗੋਲ ਮੋਲ ਜੀਆਂ ਗੱਲਾਂ ਕਰੀ ਜਾਈਏ, ਲੌਜਿਕ ਨਹੀਂ ਹੁੰਦਾ ਕਿਸੇ ਗੱਲ ਦਾ, ਤੇ ਇਹਨਾਂ ਨੇ ਡਰਾਉਣਾ ਹੁੰਦਾ ਭਾਜੀ। ਬਾਕੀ ਭਾਜੀ ਜਿਹੜੀਆਂ ਸੰਸਥਾਵਾਂ ਦੀ ਤੁਹਾਡੀ ਗੱਲ ਨਾ, ਬਹੁਤ ਹੀ ਵਿਚਾਰਨ ਵਾਲੀ ਆ, ਇਹਨਾਂ ਸੰਨੇ ਜਿੰਨੇ ਵੀ ਜਾਗਰੂਕਤਾ ਨੂੰ ਵਿਚਾਰਨਾ ਚਾਹੀਦਾ, ਜਦ ਤੱਕ ਆਪਾਂ ਸੰਸਥਾਵਾਂ ਨੀ ਹੈ ਨਾ ਖੜੀਆਂ ਕਰਦੇ, ਜਦ ਤੱਕ ਆਪਣਾ ਵੱਡਾ ਵਿਕਾਸ ਨੀ ਹੋਣਾ ਜੀ ਸਾਡੀ ਸਿੱਖ ਕੌਮ ਦਾ, ਜਿਹੜੇ ਸਮਝਦਾਰ ਜਿੰਨੇ ਵੀ ਲੀਡਰ ਨੇ ਜਿੰਨੇ ਵੀ ਸਾਡੇ ਪ੍ਰਚਾਰਕ ਨੇ, ਇਹਨਾਂ ਨੂੰ ਇਸ ਗੱਲ ਦੇ ਉੱਤੇ ਵਿਚਾਰ ਕਰਨਾ ਚਾਹੀਦਾ ਜੀ। ਕੋਈ ਸ਼ੱਕ ਨੀ, ਕੋਈ ਸ਼ੱਕ ਨੀ, ਦੇਖਦੇ ਹਾਂ ਜੀ, ਵੇਟ ਕਰਦੇ ਹਾਂ ਕੀ ਕਰਦੇ ਆ। ਠੀਕ ਆ, ਠੀਕ ਆ ਭਾਜੀ, ਟਾਈਮ ਥੋੜਾ ਰਹਿ ਗਿਆ ਤੁਹਾਡੇ ਕੋਲ। ਓਕੇ ਭਾਜੀ, 0107 ਦੇ ਉੱਤੇ ਤੁਸੀਂ ਹੈਗੇ ਹੋ ਜੀ? ਹਾਂਜੀ, ਸੁਣਾਓ ਜੀ, ਕੀ ਹਾਲ ਆ? ਤੁਸੀਂ ਆਉਂਦੇ ਰਹੋ ਜੀ, ਸਰੋਤੇ ਸੁਣ ਰਹੇ ਤੁਹਾਨੂੰ, ਤੇ ਤੁਹਾਡੀ ਕਾਲ ਰਿਕਾਰਡ ਹੋਣੀ ਆ ਜੀ। ਹਾਂਜੀ ਹਾਂਜੀ ਹਾਂਜੀ, ਬਾਈ ਜੀ ਇੱਕ ਗੱਲ ਕਰਨੀ ਸੀ ਜੀ ਬਸ। ਹਾਂਜੀ, ਤੋਂ ਪਹਿਲਾਂ ਆਈ ਥਿੰਕ ਸਤਨਾਮ ਵੀ ਸੀਗੇ ਕੈਨੇਡਾ। ਤੁਹਾਡੀ ਆਵਾਜ਼ ਘੱਟ ਆ ਬਹੁਤ। ਅੱਛਾ, ਹੁਣ ਠੀਕ ਹੈ ਜੀ? ਹੁਣ ਠੀਕ ਆ। ਹਾਂ, ਮੇਰੇ ਖਿਆਲ ਮੇਰੇ ਤੋਂ ਪਹਿਲਾਂ ਸਤਨਾਮ ਵੀਰ ਵੀ ਸੀਗੇ ਨਾ, ਜਿਹੜੇ ਗੱਲ ਕਰਕੇ ਗਏ ਆ ਘੱਗਾ ਜੀ ਬਾਰੇ। ਹਾਂਜੀ, ਮੈਂ ਬਸ ਉਹੀ ਗੱਲ ਕਰਨੀ ਸੀਗੀ ਵੀ ਜਿਹੜੇ ਆਹ ਪ੍ਰਭਦੀਪ ਸਿੰਘ ਹੋ ਗਿਆ ਜਾਂ ਗੁਰਦੇਵ ਸਿੰਘ ਸੱਦਾਵਾਲੀ ਹੋ ਗਿਆ, ਇਹ ਝੂਠੇ ਮਕਾਰ ਬੰਦੇ ਆ ਭਾਜੀ। ਨਹੀਂ ਤਾਂ ਘੱਗਾ ਜੀ ਤਾਂ ਹਰ ਗੱਲ ਹੀ ਉਹ ਹੈ ਵੀ ਗੁਰੂ ਸਾਹਿਬ ਆਮ ਬੰਦੇ ਵਾਂਗੂ ਚੀਜ਼ ਪ੍ਰਭਦੀਪ ਤੇ ਸੱਦੇ ਵਾਲੀ ਆ ਦੋਏ ਬੰਦੇ ਸਣੇ ਬਖਸ਼ੀਸ਼ ਸਿੰਘ ਉਹ ਬੰਦੇ ਆ ਜਿਨ੍ਹਾਂ ਨੇ ਪ੍ਰੋਫੈਸਰ ਦਰਸ਼ਨ ਸਿੰਘ ਦੀਆਂ ਜੜਾਂ ਚ ਤੇਲ ਦਿੱਤਾ, ਬਿਲਕੁਲ, ਸਿਰਫ ਇਸ ਲਾਲਚ ਦੇ ਨਾਲ ਭੀ ਅਸੀਂ ਉਹਦੇ ਮੋਢਿਆਂ ਤੇ ਬਹਿ ਕੇ ਗਾਹਾਂ ਵਧਣਾ। ਨਹੀਂ, ਉਹਨਾਂ ਹੁਣ ਘੱਗਾ ਜੀ ਨੇ ਹਲਾਲ ਮਾਸ ਵੀ ਖਵਾਤਾ ਹਨਾ, ਉਹ ਤੱਤੀ ਤਵੀ ਤੇ ਬਹਿ ਕੇ ਉਹਨਾਂ ਨੂੰ ਉਹ ਵੀ ਕਰਾਤਾ ਕਿ ਬੇਹੋਸ਼ ਹੋ ਕੇ ਡਿੱਗੇ, ਕਿਉਂਕਿ ਉਹ ਇਹੀ ਸਿੱਧ ਕਰਨਾ ਚਾਹੁੰਦਾ ਸੀ ਵੀ ਆਮ ਇਨਸਾਨ ਸੀਗੇ। ਨਹੀਂ ਨਹੀਂ, ਉਹ ਤਾਂ ਸਾਨੂੰ ਕਬੂਲਣਾ ਹੀ ਪੈਣਾ ਜੀ, ਸਾਡਾ ਇਹਨਾਂ ਦੇ ਇੱਦਾਂ ਨਹੀਂ ਹੈਗਾ ਵੀ ਅਸੀਂ ਇਹਨਾਂ ਦੇ ਵਿਰੋਧ ਕਰਕੇ ਇਹਨਾਂ ਦੇ ਬਾਪ ਦਾ ਬਾਪ ਵੀ ਆ ਜਾਏ। ਮੈਂ ਤਾਂ ਸਵਾਲ ਇਹ ਪੁੱਛਣਾ ਚਾਹੁੰਦਾ ਸੀ ਵੀ ਇਹ ਕੁੱਤੇ ਲੋਕ ਕਮੀਣੇ ਲੋਕ ਜਵਾਬ ਦੇਣ, ਜੇ ਕਿਤੇ ਪ੍ਰੋਫੈਸਰ ਦਰਸ਼ਨ ਸਿੰਘ ਵੱਲੋਂ ਅਰੰਭੇ ਸੰਘਰਸ਼ ਦੇ ਵੇਲੇ ਜਥੇਦਾਰਾਂ ਨੂੰ ਲਾ ਕੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਜਥੇਦਾਰ ਬਣਾ ਦਿੰਦੇ, ਅੱਜ ਇਹਨੇ ਕੀ ਬਣਾਉਣਾ ਸੀ ਸਾਡਾ? ਅੱਜ ਜੇ ਪ੍ਰਭਦੀਪ ਹੁਣੀ ਇਹ ਹੁੰਦੇ ਜਥੇਦਾਰ ਉਹਦੇ ਨਾਲ,
ਪ੍ਰੋਫੈਸਰ ਦਰਸ਼ਨ ਸਿੰਘ ਦੇ ਨਾਲ ਅੱਜ ਸਾਡਾ ਕੀ ਬਣਦਾ ਜੇ 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 ਕੇਜਰੀਵਾਲ ਵੇਲੇ ਕੇਜਰੀਵਾਲ ਬਣ ਜਾਂਦਾ ਮੁੱਖ ਮੰਤਰੀ ਤੇ ਪੰਥਪ੍ਰੀਤ ਹੁੰਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹਦੇ ਜਥੇਦਾਰ ਉਸ ਵੇਲੇ ਕਿਹੜੇ ਹੋਣੇ ਸੀ ਮਾਝੀ ਢਪਾਲੀ ਜਿਹੜੇ ਗੁਰਬਚਨ ਸਿੰਘ ਆ ਜਿਹੜੇ ਉਹਨਾਂ ਦੇ ਜਥੇਦਾਰ ਉਹਨਾਂ ਨਾਲੋਂ ਚੰਗੇ ਕਿਹੜੀ ਗੱਲੋਂ ਆ ਇਹ ਬਿਲਕੁਲ ਜੀ ਬਿਲਕੁਲ ਹੁਣ ਪ੍ਰਭਦੀਪ ਨੇ ਤਾਂ ਸੱਦੇ ਵਾਲੀ ਨੇ ਸਾਬਤ ਨਹੀਂ ਕਰ ਦਿੱਤਾ ਵੀ ਟਕਸਾਲੀਆਂ ਦੇ ਨਾਲੋਂ ਕਿਸੇ ਵੀ ਗੱਲੋਂ ਵੱਖਰੇ ਨਹੀਂ ਹੈਗੇ ਇਹ ਬਿਲਕੁਲ ਕਮੀਨੇ ਲੋਕਾਂ ਦੀ ਬਿਲਕੁਲ ਉਸ ਪੱਧਰ ਦੀ ਆ ਜਿੱਦਾਂ ਦੀ ਡੇਰੇਦਾਰਾਂ ਦੀ ਆ ਹੁਣ ਸੱਦੇ ਵਾਲੀ ਆ ਸਾਡੇ ਬੋਲਣ ਨੂੰ ਕਹਿੰਦਾ ਵੀ ਇਹ ਰਸਤੂ ਬਣ ਗਿਆ ਉਹਨੂੰ ਪੁੱਛਿਆ ਵੀ ਕੁੱਤੇ ਦੇ ਹੱਡਾ ਤੈਨੂੰ ਆਰਟੀਕਲ ਲਿਖਣ ਦਾ ਸਰਟੀਫਿਕੇਟ ਕਿਹੜੇ ਗੁਰੂ ਨੇ ਦਿੱਤਾ ਸੀ ਤੂੰ ਜੇ ਤੂੰ ਲਿਖ ਸਕਦਾ ਏਡੇ ਬਾਂਹ ਬਾਂਹ ਜਿੱਡੇ ਆਰਟੀਕਲ ਕੋਈ ਬੋਲ ਨਹੀਂ ਸਕਦਾ ਮੇਰੇ ਮੂੰਹ ਫੇਕ ਫੇਕ ਕਹਿੰਦੇ ਸਾਨੂੰ ਕੁੱਤਾ ਕਮੀਨਾ ਕਿਹਾ ਜੇ ਅਸਲੇ ਦੇ ਆ ਤਾਂ ਮੇਰੇ ਨਾਲ ਵਿਚਾਰ ਕਰਨ ਆ ਕੇ ਆਉਣ ਇਹ ਰਹੇ ਮੈਂ ਇਹਨਾਂ ਦੇ ਪਾਵਾਂ ਹੱਡਾਂ ਦੇ ਵਿੱਚ ਵੀ ਗਿਆਨ ਗੁਰੂ ਦੀ ਗੱਲ ਤੁਹਾਡਾ ਪੇ ਪ੍ਰੋਫੈਸਰ ਦਰਸ਼ਨ ਸਿੰਘ ਸੰਘ ਪੜ ਪੜ ਕੇ ਬੋਲੀ ਜਾਂਦਾ ਉਹ ਕੀ ਬੋਲਦਾ ਫਿਰ ਚੁੱਪ ਕਰਾਓ ਉਹਨੂੰ ਟਕਸਾਲੀ ਪਿੱਟੇ ਕੋਈ ਖੰਡ ਕੀਰਤਨੀਆਂ ਪਿੱਟੇ ਕੋਈ ਸਾਧ ਪਿੱਟੇ ਕੋਈ ਨਿਹੰਗ ਪਿੱਟੇ ਸਾਨੂੰ ਸਮਝ ਪੈਂਦੀ ਆ ਅਸੀਂ ਕਹੀਏ ਵੀ ਯਾਰ ਉਹਨਾਂ ਨੂੰ ਸਮਝ ਨਹੀਂ ਹੈਗੀ ਇਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਵੀ ਕੌਮ ਦਾ ਤੁਸੀਂ ਕਮਲੇ ਹੋ 10 ਸਾਲ ਬਾਅਦ ਖੜੂਗੇ ਕਿੱਥੇ ਜਾ ਕੇ ਇਨੀ ਸੌਖਾ ਨਹੀਂ ਕਰ ਦਿੱਤਾ ਇਨੀ ਸਾਡਾ ਰਾਹ ਨਹੀਂ ਸਾਫ ਕਰ ਦਿੱਤਾ ਅੱਜ ਇੱਕ ਜਿੰਨੀਆਂ ਵੈਬਸਾਈਟਾਂ ਫੇਸਬੁੱਕ ਦੇ ਉੱਤੇ ਜਿੰਨੀਆਂ ਪੋਸਟਾਂ ਪੈਂਦੀਆਂ ਇੱਕ ਵੀ ਜ਼ਿੰਮੇਵਾਰ ਬੰਦਾ ਦਿਖਾੜੋ ਜਿਹੜੇ ਬੰਦੇ ਨੇ ਇਸ ਗੱਲ ਦੇ ਹੱਕ ਵਿੱਚ ਪੋਸਟ ਪਾਈ ਹੋਵੇ ਵੀ ਭਾਈ ਜੇ ਗਿਆਨ ਗੁਰੂ ਦੀ ਗੱਲ ਆ ਗੁਰੂ ਦੀ ਗੱਲ ਆ ਉਹਦੇ ਵਿੱਚ ਸਰੀਰ ਦੇ ਰਾਹੀਂ ਜਿਹੜੇ ਵੀ ਗੁਰੂ ਸਾਹਿਬ ਸਰੀਰ ਦੇ ਰਾਹੀਂ ਗਿਆਨ ਗੁਰੂ ਨੂੰ ਅੱਗੇ ਲੈ ਕੇ ਗਏ ਆ ਉਹਨਾਂ ਕੋਲੋਂ ਉਹ ਗੱਲਾਂ ਜਿਹੜੇ ਫੈਸਲੇ ਉਹਨਾਂ ਦੇ ਗਲਤ ਹੋਣ ਦੀ ਸੰਭਾਵਨਾ ਬਣੀ ਰਹੀ ਆ ਇੱਕ ਵੀ ਦਿਖਾੜੋ ਜ਼ਿੰਮੇਵਾਰ ਬੰਦਾ ਸਾਰੇ ਦੇ ਸਾਰੇ ਸਾਡੇ ਵਿਰੁੱਧ ਵਿੱਚ ਖੜੇ ਆ ਚੁੱਪ ਕਰੂਗਾ ਜਾਂ ਸਾਡੇ ਹੱਕ ਵਿੱਚ ਖੜੂਗਾ ਨਹੀਂ ਤਾਂ ਦੱਸੂਗਾ ਫੋਨ ਕੱਟੇਗਾ ਨਹੀਂ ਤਾਂ ਉਹ ਦੱਸੂਗਾ ਬਿਲਕੁਲ ਉਹ ਵੀ ਇਸ ਪੱਧਰ ਦਾ ਮੂਰਖ ਆ ਮੈਂ ਬਿਲਕੁਲ ਜੀ ਬਿਲਕੁਲ ਜੀ ਇਹਨਾਂ ਨੇ ਤਾਂ ਸਾਰੀ ਜਿਹੜੀ ਖਾਲਸਾ ਨੂੰ ਦੇਖ ਕੇ ਬਲਕਿ ਖੁਸ਼ੀ ਜਿਹੀ ਵੀ ਹੁੰਦੀ ਆਪਣੇ ਆਪ ਨੂੰ ਚਲੋ ਅੱਜ ਵੀ ਪਾਇਆ ਕੋਈ ਸਾਰਾ ਤੁਹਾਨੂੰ ਡੈਡੀਕੇਟਡ ਹੈ ਹੁਣ ਤਾਂ ਮੇਰੇ ਖਿਆਲ ਨਾਲ ਖਾਲਸਾ ਕਿੱਦਣ ਚੱਲੂ ਨਹੀਂ ਚਲੋ ਨਹੀਂ ਵਧੀਆ ਵਧੀਆ ਸੱਦੇ ਵਾਲੀ ਆ ਵੀ ਜਿਸ ਹਿਸਾਬ ਨਾਲ ਲਿਖਦਾ ਹੁੰਦਾ ਆ ਮੈਂ ਤੈਨੂੰ ਪੁੱਛਣ ਵਾਲਾ ਕੋਈ ਹੋਵੇ ਤੈਂ ਕਿਹੜੀ ਯੂਨੀਵਰਸਿਟੀ ਪੀ ਐਚ ਡੀ ਕੀਤੀ ਹੋਵੇ ਜਿਹੜਾ ਆਰਟੀਕਲ ਲਿਖਣ ਦਾ ਤੈਨੂੰ ਸਰਟੀਫਿਕੇਟ ਹੈਗਾ ਆ ਬਾਕੀ ਕੋਈ ਬੋਲ ਨਹੀਂ ਸਕਦਾ ਹੋਰ ਕੋਈ ਹਾਂ ਵੀ ਉਹ ਅਸੀਂ ਬਿਲਕੁਲ ਹਨਾ ਤੂੰ ਇੰਨੀ ਗੱਲ ਦੇ ਉੱਤੇ ਤਾਂ ਨਹੀਂ ਤੂੰ ਇੱਦਾਂ ਰੌਲਾ ਪਾ ਸਕਦਾ ਨਾ ਵੀ ਭਾਈ ਇੱਦਾਂ ਕਿਉਂ ਲਿਖਦੇ ਇੱਦਾਂ ਕਿਉਂ ਕਰਦੇ ਜਿਹੜੀ ਹਾਂ ਜਿਹੜੀ ਗੱਲ ਹੋਈ ਆ ਉਹਨੂੰ ਤੁਸੀਂ ਕਹੋ ਵੀ ਆਹ ਗੱਲ ਜਿਹੜੀ ਆ ਇਹ ਗੁਰਮਤਿ ਦੀ ਕਸਵੱਟੀ ਦੇ ਉੱਤੇ ਪੂਰੀ ਨਹੀਂ ਉਤਰਦੀ ਆਪਣੇ ਵਿਚਾਰ ਰੱਖ ਦੋ ਆਪਣੇ ਆਪਣੇ ਹਿਸਾਬ ਦੇ ਨਾਲ ਉਸ ਗੱਲ ਦੇ ਉੱਤੇ ਇਦਾਂ ਨੀ ਹੋਣਾ ਵੀ ਜਿਹੜੀ ਹੁਣ ਅਸੀਂ ਗੱਲ ਕਹਿ ਰਹੇ ਹਾਂ ਤੁਹਾਡੇ ਵਿਰੁੱਧ ਵਿੱਚ ਸਾਡੀ ਚਾਰੇ ਹੀ ਪੋਸਟਾਂ ਮੇਰੇ ਵਿਰੁੱਧ ਪਈਆਂ ਆ ਮਹਾਰਾਜ ਸਾਰੀ ਖਾਲਸਾ ਨੇ ਵੀ ਸਾਨੂੰ ਡੈਡੀਕੇਟਡ ਕੀਤੀ ਉਹਨਾਂ ਨੇ ਉਹ ਤੁਹਾਡਾ ਬੇੜਾ ਤੁਹਾਡਾ ਇੱਕ ਆਰਟੀਕਲ ਲਿਖਣ ਦੇ ਲਿਆ ਜਿਹੜਾ ਦੂ ਹੈਗਾ ਆ ਇੰਡੀਆ ਅਖਬਾਰ ਚ 2 ਲੱਖ ਰੁਪਇਆ ਲੱਗ ਜਾਂਦਾ ਆ ਦੇਖੋ ਪ੍ਰਮੋਸ਼ਨ ਕਿੰਨੀ 0108 ਦੇ ਉੱਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਲੁਧਿਆਣੇ ਤੋਂ ਬੋਲਦੇ ਜੀ ਬਖਸ਼ੀਸ਼ ਹਾਂਜੀ ਹਾਂਜੀ ਕੀ ਹਾਲ ਜੀ ਬਸ ਵਧੀਆ ਜੀ ਤੁਸੀਂ ਸੁਣਾਓ ਹਾਂਜੀ ਵਧੀਆ ਜੀ ਵਧੀਆ ਬਾਈ ਜੀ ਮੈਂ ਬਸ ਇੱਕ ਦੋ ਗੱਲਾਂ ਰੱਖਣੀਆਂ ਚਾਹੁੰਦਾ ਵੀ ਇੱਕ ਤਾਂ ਇਹ ਬੰਦੇ ਜਿਹੜੇ ਜਿਵੇਂ ਸਾਡੇ ਨਾ ਥੋੜਾ ਜਿਹਾ ਅਸੀਂ ਸੁਣ ਲਿਆ ਸੀ ਇਹ ਜਿਵੇਂ ਸ਼੍ਰੋਮਣੀ ਕਮੇਟੀ ਚ ਪੈਰ ਰੱਖਣ ਨੂੰ ਫਿਰਦੇ ਸੀ ਜਦੋਂ ਇਹ ਕੇਜਰੀਵਾਲ ਨਾਲ ਗਿਆ ਸੀ ਪਹਿਲਾਂ ਪੰਥਪੀਰ ਦੇ ਗਰੁੱਪ ਸਾਰਾ ਹੀ ਇਹ ਹਾਂਜੀ ਤੇ ਇਹਨਾਂ ਨੇ ਬਿਨਾਂ ਤਜਰਬੇ ਤੋਂ ਜਿਵੇਂ ਹੋਇਆ ਸੀਗਾ ਇਹਨਾਂ ਨੇ ਉਹ ਕੰਮ ਕਰਨਾ ਸੀ ਮੰਨ ਲਓ ਸ਼੍ਰੋਮਣੀ ਕਮੇਟੀ ਚ ਆ ਜਾਂਦੇ ਜਾਂ ਆਉਣਗੇ ਇਹਨਾਂ ਨੇ ਉਹ ਕੰਮ ਕਰਨਾ ਸੀ ਜਦੋਂ ਬਾਈਕਾਟ ਵੇਲੇ ਬੇਅੰਤ ਸਿਉਂ ਦੇ ਟਾਈਮ ਹਾਂਜੀ ਬੰਦੇ MLA ਖੜਨ ਨੂੰ ਤੱਕ ਤਿਆਰ ਨਹੀਂ ਸੀ ਡਰਦੇ ਸੀ ਮਤਲਬ ਉਸ ਟਾਈਮ ਜਿਵੇਂ ਖੜਕੂਆਂ ਨੇ ਧਮਕੀਆਂ ਦਿੱਤੀਆਂ ਬਾਈਕਾਟ ਕਰ ਦਿੱਤਾ ਸੀ ਤਾਂ ਉਸ ਹਾਂ ਉਸ ਨੇ ਆਪਦੇ ਜਿਵੇਂ ਪੰਥ ਪੀਰ ਦੇ ਜੇਲੇ 40-45 ਨੇ ਇਵੇਂ ਆਪਦੇ 40-45 ਈਵਨ ਕਿ ਉਹਦੇ 15-20 ਤਾਂ ਘਰੇ ਹੀ ਜਿਹੜੇ ਉਹਦੇ ਨੌਕਰ ਚਾਕਰੀ ਬੰਦੇ ਉਹਨੇ MLA ਬਣਾਏ ਸਾਡੇ ਏਰੀਏ ਚ ਵੀ ਉਹੀ MLA ਸੀ ਕੋਈ ਡੈਰੀ ਇੰਚਾਰਜ ਸੀ ਕੋਈ ਉਹਦਾ ਕੁਛ ਸੀ ਕੋਈ ਕੁਛ ਸੀ ਕੋਈ ਟਰਾਂਸਪੋਰਟ ਦਾ ਕੁਛ ਜਾਣੀ ਉਹਦੇ ਆਪਦੇ ਬੰਦੇ ਜਾਣੀ ਉਹ ਚੱਕ ਕੇ ਜਿਹਨਾਂ ਨੂੰ ਜਾਣੀ ਕੋਈ ਕੀਤਾ ਬਾਅਦ
ਠੀਕ ਹੈ ਜੀ ਤੇ ਇਹਨਾਂ ਨੇ ਵੀ ਤਾਂ ਉਹੀ ਕੁਛ ਕਰਨਾ ਸੀ ਕੋਈ ਸ਼ੱਕ ਨੀ ਜੀ ਕੋਈ ਸ਼ੱਕ ਨੀ ਸ਼੍ਰੋਮਣੀ ਕਮੇਟੀ ਚ ਆ ਕੇ ਹੋਰ ਕੀ ਕਰਦੇ ਠੀਕ ਹੈ ਜੀ ਜਿਹੜੇ ਬੰਦਾ ਸੋਚ ਹੀ ਹੈ ਨੀ ਕੋਈ ਕਿਸੇ ਤਰ੍ਹਾਂ ਦੀ ਵੀ ਕਿਵੇਂ ਕੋਈ ਗੱਲ ਕਹੀ ਗਈ ਆ ਹੁਣ ਢਪਾਲੀ ਨੂੰ ਇੱਕ ਮੌੜ ਆਈ ਉਹ ਪਹਿਲਾਂ ਚੰਗੀਆਂ ਭਲੀਆਂ ਮੈਂ ਉਹਨੂੰ ਠੀਕ ਸਮਝਦਾ ਸੀ ਮੇਰੇ ਨਾਲ ਫਰੈਂਡ ਬੁੱਕ ਦੇ ਉਹ ਵੀ ਗੱਲ ਲਾਈਵ ਆਇਆ ਸੀ ਆਹੀ ਗੱਲ ਤੇ ਉਹਨੂੰ ਚਾਰ ਪੰਜ ਫਰੀ ਮੈਂ ਮੈਸੇਜ ਵੀ ਪਾਏ ਥੱਲੇ ਕਮੈਂਟ ਕੀਤੇ ਵੀ ਮੈਨੂੰ ਇੱਕ ਗੱਲ ਦੱਸ ਇੱਕ ਕੋਈ ਗੱਲ ਦੱਸ ਦਿਓ ਜੋ ਵੀ ਕਿਹੜੀ ਗਲਤ ਕਹੀ ਆ ਉਹ ਦੱਸ ਹੀ ਨੀ ਸੀ ਰਿਹਾ ਤੇ ਛੇਵੇਂ ਫੇਰ ਜਦੋਂ ਬਾਲੀਆਂ ਪਾਈ ਫੇਰ ਐਂਡ ਤੇ ਆ ਗਿਆ ਉਹ ਅਸੀਂ ਤਾਂ ਛੋਟੇ ਬੰਦੇ ਆ ਜੀ ਮੈਂ ਕਿਹਾ ਵੀ ਨਾਲੇ ਤੂੰ ਕਿਉਂ ਧਮਕਾ ਰਿਹਾ ਦੂਸਰਿਆਂ ਨੂੰ ਕਿਉਂ ਕਹਿ ਰਿਹਾ ਤੂੰ ਹੀ ਤਾਂ ਗੁਰੂ ਦਾ ਸਿੱਖ ਹੀ ਆ ਤੂੰ ਗੱਲ ਕਰਦਾ ਫੋਨ ਤੇ ਉਹਦੇ ਨਾਲ ਲੋਕਾਂ ਨੂੰ ਕਿਉਂ ਕਹਿ ਰਹੇ ਆ ਵੀ ਐਂ ਕਰੋ ਉਹ ਕਰੋ ਬਸ ਮੈਂ ਕਿਹਾ ਤੁਹਾਡੇ ਮੂੰਹ ਚੋਂ ਬਸ ਹੁਣ ਸਿਰਫ ਛੇਕਣ ਸ਼ਬਦ ਨੀ ਮੂੰਹ ਚੋਂ ਨਿਕਲ ਰਿਹਾ ਬਸ ਬਾਕੀ ਸਾਰਾ ਕੁਝ ਨਿਕਲ ਰਿਹਾ ਉਹ ਵੀ ਨਿਕਲਣਾ ਜੀ ਸਮਝੌਤਾ ਹੋ ਲੈ ਨਾ ਕਰ ਲੈਣ ਇਹ ਛੇਕ ਦੇਣ ਇਹਨਾਂ ਨੂੰ ਇਹਨਾਂ ਕੁੱਤਿਆਂ ਨੂੰ ਮੈਂ ਛਿੱਤਰ ਦੀ ਨੋਕ ਤੇ ਨਹੀਂ ਮਾਰਦਾ ਇਹਨਾਂ ਦੀ ਕੀ ਔਕਾਤ ਆ ਪੰਥਪ੍ਰੀਤ ਹੋਵੇ ਚਾਹੇ ਪ੍ਰੋਫੈਸਰ ਦਰਸ਼ਨ ਸਿੰਘ ਹੋਵੇ ਅਸੀਂ ਜੋ ਕਰਨਾ ਕਰਕੇ ਦਿਖਾਵਾਂਗੇ ਜੇ ਇਹ ਪਿਓ ਦੇ ਆ ਨਾ ਜੇ ਅਸਲੇ ਦੇ ਖੜੇ ਰਹਿਣਾ ਆਪਣੇ ਸ਼ਬਦਾਂ ਤੇ ਖਿਲਾਰ ਦਿਆਂਗੇ ਖੱਖੜੀਆਂ ਇਹਨਾਂ ਨੂੰ ਦੇਖਿਓ ਜੇ ਲੋਕਾਂ ਮੂਹਰੇ ਜਵਾਬ ਦੇਣ ਜੋਗੇ ਰਹਿ ਗਏ ਮੈਂ ਵੀ ਉਹਨੂੰ ਮੈਂ ਕਿਹਾ ਯਾਰ ਤੁਹਾਨੂੰ ਤਾਂ ਟੱਕਰ ਹੀ ਹੋਣਾ ਕੋਈ ਨਾ ਨਾ ਇਹਨਾਂ ਨੂੰ ਪਤਾ ਨਹੀਂ ਇਹਨਾਂ ਦਾ ਬਣਨਾ ਕੀ ਆ ਜਰਾ ਖੜੇ ਰਹਿਣ ਇਹ ਮੈਂ ਤਾਂ ਲਿਹਾਜ਼ ਕਰ ਰਹੇ ਸੀ ਇਹਨਾਂ ਨਾਲ ਫਿਰ ਜਵਾਬ ਕੀ ਸੀ ਕਹਿੰਦਾ ਉਹ ਤਾਂ ਵੱਡੇ ਬੰਦੇ ਨੇ ਸਾਡੀ ਕਹਿੰਦਾ ਇੰਨੀ ਔਕਾਤ ਕਿੱਥੇ ਮੈਂ ਕਿਹਾ ਦੱਸ ਯਾਰ ਫਟੇ ਮੂੰਹ ਤੁਹਾਡਾ ਮੈਂ ਕਿਹਾ ਉਹ ਕੋਈ ਜਥੇਦਾਰ ਆ ਦੱਸ ਮੈਂ ਕਹਿੰਦਾ ਹਰਨੇਕ ਸਿੰਘ ਕੌਣ ਨਾ ਨਾ ਕਮੀਣੇ ਆ ਬੰਦੇ ਦੋ ਤਿੰਨ ਗੱਲਾਂ ਪੁਆਇੰਟ ਜੇ ਕਰਨੇ ਸੀ ਇੱਕ ਜਿਹੜੀ ਤੁਹਾਡੀ ਪੋਸਟ ਹੈ ਵੀ ਜਿੰਨੀ ਕੁਛ ਸ਼ੇਅਰ ਹੁੰਦੀ ਓਨਾ ਕੁ ਰਿਐਕਸ਼ਨ ਉਹਨਾਂ ਦਾ ਬਣਦਾ ਹੀ ਆ ਪਰ ਜਿਹੜੇ ਜਿਹੜੇ ਵੱਡੇ ਬੰਦੇ ਆ ਜਿਹੜੇ ਸਮਝਦਾਰ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਵੀ ਅਸੀਂ ਪੂਰੀ ਸੁਣ ਲਈਏ ਦੂਜੇ ਪਾਰਟ 'ਚ ਤੁਸੀਂ ਇਹ ਮੈਨਸ਼ਨ ਕੀਤਾ ਸੀ ਵੀ ਗੁਰੂ ਸਾਹਿਬ ਦਾ ਉਹ ਪਲੈਨ ਹੋ ਸਕਦਾ ਵੀ ਸ਼੍ਰੀ ਉਹਨੂੰ ਆਪਣਾ ਪ੍ਰਿਥੀ ਚੰਦ ਨੂੰ ਲੰਗਰ ਦਾ ਇੰਚਾਰਜ ਬਣਾਉਣਾ ਉਹ ਨਹੀਂ ਨਹੀਂ ਆਪਾਂ ਚਲੋ ਉਹ ਤਾਂ ਮੈਂ ਕਹਿੰਦਾ ਅਸੀਂ ਅਜੇ ਤਾਂ ਨਾ ਕੋਈ ਗੱਲ ਜਿਹੜੀ ਆ ਹਾਂਜੀ ਇਹਨਾਂ ਨੂੰ ਜੇ ਨਾ ਗਧੇ ਨੂੰ ਲੂਣ ਨਾ ਹੀ ਦੇਈਏ ਆਪਾਂ ਵਧੀਆ ਗੱਲ ਹੁਣ ਖਾਲਸਾ ਨਿਊਜ਼ ਦੇ ਉੱਤੇ ਚਾਰ ਆਰਟੀਕਲ ਜਿਹੜੇ ਆ ਉਹ ਮੇਰੇ ਵਿਰੁੱਧ ਲੱਗੇ ਹੋ ਆ ਹੈ ਮੌਜਾਂ ਲਾਤੀਆਂ ਕਿ ਨਹੀਂ ਇਹਨਾਂ ਨੇ ਹਰਨੇਕ ਸਿੰਘ ਬਨਾਮ ਰਾਖੀ ਸਾਵੰਤ ਟਿੱਪਣੀ ਕੀਤੀ ਗਈ ਸਖ਼ਤ ਟਿੱਪਣੀ ਕੀਤੀ ਗਈ ਉਹਦੀ ਖਬਰ ਲਾਈ ਦੱਸ ਮੈਂ ਕਿਹਾ ਪੜੂਗੀ ਵਿੱਚ ਲਿਖੀ ਆਣਾ ਕੋਈ ਖਬਰ ਪੂਰੀ ਬਸ ਸੁਣੀ ਗਈ ਹੈ ਆਪਣੇ ਭਾਈ ਲਖਵੀਰ ਹੋਣੀ ਜਿਹੜੀ ਸ਼ਬਦ ਦੀ ਗੱਲ ਨਹੀਂ ਕਰ ਰਹੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਉਹ ਤੇ ਸਾਰਿਆਂ ਨੂੰ ਭੈੜੇ ਅਰਥ ਮੈਂ ਦੇਖੇ ਰਾਧਾ ਸਵਾਮੀ ਦੀ ਬੁੱਕ ਚ ਉਹ ਪੜ੍ਹ ਕੇ ਦੇਖ ਲੈਣ ਜਿੰਨੇ ਜ਼ਿਆਦਾ ਟੱਪਣ ਦੇ ਨਾ ਤੁਸੀਂ ਤੇ ਉਹਦੇ ਮੁਕਾਬਲੇ ਕੁਛ ਵੀ ਨੀ ਕਿਹਾ ਰਾਧਾ ਸਵਾਮੀ ਦੀ ਬੁੱਕ ਬਹੁਤ ਮਸ਼ਹੂਰ ਆ ਉਹ ਤਾਂ ਰਾਧਾ ਸਵਾਮੀ ਦਾ ਇੱਕ ਚੇਲਾ ਹੀ ਪੜ੍ਹਨ ਦਿਆ ਮੈਨੂੰ ਉਹਨੇ ਦਿੱਤੀ ਪੜ੍ਹਨ ਇਸ ਸ਼ਬਦ ਦੇ ਅਰਥ ਮਤਲਬ ਹੱਦੋਂ ਵੱਧ ਉਹਨੇ ਗਲਤ ਗਾਲਤੀ ਮਤਲਬ ਗੁਰੂ ਸਾਹਿਬ ਦੀ ਅਹਿਮੀਅਤ ਨੀ ਰਹਿਣ ਦਿੱਤੀ ਵੀ ਉਹ ਵੀ ਕੋਈ ਸ਼ਖਸੀਅਤ ਸੀ ਜਿਹੜੇ ਟੱਪਦੇ ਫਿਰਦੇ ਨਾ ਇਹਨਾਂ ਨੂੰ ਜਦੋਂ ਇਹਨਾਂ ਨੇ ਰਿਐਕਸ਼ਨ ਕਰਨਾ ਇਹਨਾਂ ਨੂੰ ਹਰ ਇੱਕ ਟਿੱਪਣੀ ਚਾਹੀਦੀ ਦੇਖਣੀ ਵੀ ਰਿਐਕਸ਼ਨ ਕਿਹੜਾ ਕਿੱਥੇ ਕਰਨਾ ਬੰਦੇ ਦਾ ਐਟਲੀਸਟ ਬੰਦਾ ਪੁੱਛ ਤਾਂ ਸਹੀ ਸਾਨੂੰ ਆਹ ਸਾਡੀ ਆਹ ਅੰਡਰਸਟੈਂਡਿੰਗ ਬਣਨ ਦੀ ਹੈ ਵੀ ਇਹ ਸਹੀ ਹੈ ਕਿ ਨਹੀਂ ਹੁਣ ਜਿੱਦਾਂ ਤੁਸੀਂ ਫੋਨ ਕਰਕੇ ਪੁੱਛਦੇ ਵੀ ਤੁਸੀਂ ਮੇਰੇ ਬਾਰੇ ਆਹ ਲਿਖਿਆ ਵੀ ਸਾਨੂੰ ਆਹ ਅੰਡਰਸਟੈਂਡਿੰਗ ਹੋਈ ਹੈ ਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਜੇ ਤੁਹਾਨੂੰ ਕੁਐਸਚਨ ਤੇ ਹੁਣ ਪੁੱਛੋ ਵੀ ਮਤਲਬ ਸਿਰੇ ਦੇ ਫੁਕਰੇ ਬੰਦੇ ਪ੍ਰਭ ਦੀ ਵਰਗੇ ਤੇ ਮਤਲਬ ਆਹੀ ਤੇ ਨਾਤਾ ਬਾਹਲੇ ਦਿਨਾਂ ਦਾ ਤੋੜਿਆ ਇਹਨਾਂ ਨਾਲ ਤੇ ਵੀ ਕੀ ਲੈਣਾ ਤੁਹਾਡੀ ਵਿਦਵਤਾ ਤੋਂ ਜੇ ਤੁਸੀਂ ਅੰਡਰਸਟੈਂਡਿੰਗ ਹੀ ਨਹੀਂ ਕਰ ਸਕਣਾ ਗੁਰਬਚਨ ਸਿੰਘ ਦਾ ਤੇ ਇਹਦਾ ਸੰਤੋਖ ਸਿੰਘ ਦਾ ਇਹਨਾਂ ਦਾ ਪਾਇਆ ਗੰਦ ਨੀ ਦੀਦਾ ਗੰਦ ਨੀ ਦੀਦਾ ਕੋਈ ਸ਼ੱਕ ਨੀ
ਠੀਕ ਹੈ ਜੀ। ਜਿਹੜਾ ਜੀ ਸਾਡਾ ਸਮਾਂ ਹਾਂ ਤਿੰਨ ਚਾਰ ਮਿੰਟ ਰਹਿੰਦੇ ਆ, ਉਹਦੇ ਵਿਚ ਪ੍ਰੋਫੈਸਰ ਦਰਸ਼ਨ ਸਿੰਘ ਤੇ ਜਿਹੜੇ ਪੰਥਪ੍ਰੀਤ ਸਿੰਘ ਆ ਜੀ, ਇਹਨਾਂ ਦੇ ਜਿਹੜੇ ਜਿਹੜੇ ਹੈਗੇ ਆ, ਅੱਜ ਐਤਵਾਰ ਹੋ ਗਿਆ ਤੇ ਤਿੰਨ ਦਿਨ ਹੋ ਗਏ ਆ ਵੀਡੀਓ ਘੁੰਮਦੀ ਨੂੰ। ਤੇ ਇੱਕ ਗੱਲ ਦੀ ਜਿਹੜੀ ਖੁਸ਼ੀ ਹੋਈ ਸਾਨੂੰ, ਮੈਨੂੰ ਲੱਗਦਾ ਸੀ ਏਦਾਂ ਵੀ ਜਿਹੜੇ ਗੁਰਮਤਿ ਗਿਆਨ ਮਿਸ਼ਰੀ ਕਾਲਜ ਵਾਲੇ ਆ ਨਾ, ਉਹ ਏਦਾਂ ਚਲੋ ਗੁੱਸੇ ਤਾਂ ਹੈਗੇ ਆ, ਪਰ ਏਦਾਂ ਨੀ ਹੋ ਸਕਦਾ ਏਡੇ ਕੰਬਲੇ ਹੋਣ ਉਹ ਏਦਾਂ ਏਦਾਂ ਬੰਦੇ ਦਿਮਾਗੀ ਅਕਸਰ ਜਿਹੜੇ ਹੁਣ ਇਹ ਦਦੇਰ ਹੋਣੀ ਆ, ਇਹ ਆਪਣੇ ਧੁੰਦਾ ਜੀ ਹੋਣੀ ਸਿਦਕੀ ਹੋਣਾ ਤੋਂ ਪੜੇ ਹੋ ਆ, ਏਦਾਂ ਥੋੜੀ ਹੋ ਸਕਦੀ ਹੈ ਨੁਕਤੇ ਨੂੰ ਸਮਝਦੇ ਨਾ ਹੋਣ, ਹਨਾ ਵੀ ਉਹਨਾਂ ਨੇ ਏਦਾਂ ਚੁੱਪ ਰਹਿ ਕੇ, ਇਹ ਪਤਾ ਨੀ ਹੁਣ ਵੀ ਉਹ ਚੁੱਪ ਏਦਾਂ ਕਾਹਤੇ ਆ, ਪਰ ਜੇ ਉਹ ਬਾਕੀਆ ਹੀ ਚੁੱਪ ਆ ਨਾ ਏਦਾਂ ਇਸ ਵਿਸ਼ੇ ਤੇ ਨਾ ਬੋਲੇ ਤੇ ਉਹ ਸਿਆਣੇ ਹੋਣ ਦਾ ਸਬੂਤ ਦੇਣਗੇ ਭਵਿੱਖ ਦੇ ਵਿੱਚ ਇਹਨਾਂ, ਕਿਉਂਕਿ ਇਹਨਾਂ ਮਸਲਿਆਂ ਤੇ ਬੋਲਣਾ ਪੈਣਾ ਬਿਲਕੁਲ ਸਾਹਮਣੇ, ਪੰਜ ਸੱਤ ਸਾਲ ਦਸ ਸਾਲ ਲੰਘ ਜਾਣਗੇ ਲੋਕਾਂ ਨੇ ਜਿਹੜੇ ਸਿਆਣੇ ਹੋਈ ਜਾਣਾ, ਜਿੱਦਾਂ ਜਿੱਦਾਂ ਹੋਈ ਜਾਣਾ ਦਿਨੋ ਦਿਨ, ਉਦਾਂ ਤਾਂ ਲੋਕਾਂ ਨੇ ਚਾਹੁਣਾ ਆਪੇ ਕੋਈ ਚੈਲੰਜ ਵਾਲੀ ਗੱਲ ਕਰੋ ਯਾਰ, ਆਹ ਤਾਂ ਬਿਕਰਕੀ ਜਿਹੀ ਹੋ ਰਹੀ ਆ ਹਨਾ। ਹੁਣ ਜਦੋਂ ਢੱਡਰੀਆਂ ਵਾਲੇ ਗੱਲ ਏਦਾਂ ਗਾਹਾਂ ਦੀ ਕਰ ਦਿੰਦੇ ਕਿੱਦਾਂ ਖੂਨ ਨੀ ਖੋਲਦਾ, ਆਹ ਸਵਾਦ ਆ ਹੁਣ ਆਇਆ ਹਨਾ, ਤੇ ਉਹ ਸਾਰੇ ਪ੍ਰਚਾਰਕਾਂ ਤੋਂ ਆਸ ਕਰਨੀ ਆ ਜੇ ਉੱਥੇ ਮਸਲਾ ਸਵਾਲ ਹੈਗਾ, ਮੈਨੂੰ ਤਾਂ ਗਾਲਾਂ ਕੱਢ ਲੈਣ ਤਾਂ ਸਾਡੀ ਕੀ ਔਕਾਤ ਆ ਯਾਰ, ਮੇਰਾ ਕੀ ਵਿਗਾੜ ਦਊਗੇ ਹੁਣ ਜੇ ਜੇ ਉਹ ਕਹੂਗੇ ਵੀ ਛੇਕਣਾ ਤੈਨੂੰ ਹਨਾ ਏਦਾਂ ਨਹੀਂ ਵੀ ਮੈਂ ਹੁਣ ਉਹ ਕਿਹੜਾ ਕਿਹੜਾ ਬੰਦਾ ਕੋਈ ਬੰਦਾ ਨਿਊਜ਼ੀਲੈਂਡ ਚੋਂ ਦੱਸੇ ਠੀਕ ਆ ਵੀ ਜੇ ਕਹੇ ਵੀ ਜੇ ਨਾ ਜਥੇਦਾਰਾਂ ਨੇ ਛੇਕ ਦਿੱਤਾ ਅਸੀਂ ਇਹਨੂੰ ਵਰਤੋਂ ਨੀ ਕਰਨੀ, ਮੈਂ ਉਸ ਕੁੱਤੇ ਦੇ ਹੱਡ ਨੂੰ ਦੱਸਾਂ ਵੀ ਤੈਨੂੰ ਤਾਂ ਮੈਂ ਬੁਰਕੀ ਨੀ ਪਾਉਂਦਾ ਕੰਜਰਾ, ਕੋਈ ਕੋਈ ਬੰਦਾ ਦੱਸੇ ਮੈਨੂੰ ਏਦਾਂ ਵੀ ਕਿਹੜੀ ਕਿਹੜੀ ਚੀਜ਼ ਅਗਲਾ ਦਿੰਦਾ ਆ, ਕਿਹੜੀ ਖੋਲੂਗਾ ਮੇਰੇ ਕੋਲੋਂ। ਸਹੀ ਗੱਲ ਜੀ, ਕੋਈ ਪ੍ਰਚਾਰਕ ਦੱਸੇ, ਕੋਈ ਜਥੇਦਾਰ ਦੱਸੇ, ਕਿਹੜੀ ਆ ਗੁਰਦੁਆਰਾ ਨਾ ਹੋਊਗਾ ਸਾਡੇ ਕੋਲ ਨਾ ਸਹੀ, ਰੇਡੀਓ ਨਾ ਹੋਇਆ ਸੀ ਅਸੀਂ ਤਾਂ ਘਰ ਬੈਠ ਕੇ ਵਟਸਐਪ ਦੇ ਉੱਤੇ ਯੂਟਿਊਬ ਦੇ ਉੱਤੇ ਘਰ ਬੈਠ ਕੇ ਪਾਵਾਂਗੇ, ਕੌਣ ਰੋਕੂਗਾ ਸਾਨੂੰ ਠੀਕ ਹੈ। ਫਿਰ ਤੁਸੀਂ ਸਾਡੇ ਕੋਲੋਂ ਖੋਹ ਕੀ ਲੈਣਾ ਤੁਸੀਂ ਭਾਈ ਸਾਡੇ ਕੋਲੋਂ, ਕਾਹਦੇ ਬਾਰੇ? ਇਹ ਬੋਲਣੇ ਵਾਲੇ ਵੀ ਨੀ ਸੋਚਦੇ ਵੀ ਮੇਰੇ ਵਿਰੁੱਧ ਇੰਨੀ ਐਨਰਜੀ ਕਮਲੇ ਉਹ ਵੇਸਟ ਕਰਕੇ ਉਹ ਖਾਲਸਾ ਨੂੰ ਸਾਰੀ ਭਰ ਦਿੱਤੀ, ਤੁਸੀਂ ਕੀ ਖੱਟੋਗੇ? ਤੁਸੀਂ ਬੰਦੇ ਦਾ ਟੀਚਾ ਤੱਕ ਹੋਣਾ ਚਾਹੀਦਾ ਨਾ ਵੀ ਇਹਦੇ ਵਿਰੁੱਧ ਬੋਲ ਕੇ ਆਹ ਅਸੀਂ ਪ੍ਰਾਪਤ ਕਰ ਲੈਣਾ। ਸੋਰੀ ਜੀ, ਸਾਡੇ ਨਾਲ ਸਰੋਤੇ ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਗੁਰੂ ਫਤਿਹ, ਸਿਰਫ ਇੱਕ ਮਿੰਟ ਆ ਜੀ। ਸਰਦਾਰ ਜੀ, ਤੁਸੀਂ ਜਿਹੜਾ ਉਦੋਂ ਕਿਹਾ ਸੀ ਨਾ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪ੍ਰਿਥੀ ਚੰਦ ਨੂੰ ਜਿਹੜਾ ਸੰਭਾਲਿਆ ਪ੍ਰਬੰਧ ਸਾਰਾ, ਤੇ ਉਹ ਡਿਸੀਜਨ ਗਲਤ ਸੀ ਕਿ ਠੀਕ ਸੀ? ਤੇ ਫਿਰ ਤੁਸੀਂ ਜਦੋਂ ਸਵਾਲ ਪੁੱਛਿਆ ਸੀ ਨਾਲ ਦੇ ਸਾਥੀ ਨੂੰ, ਉਹਨਾਂ ਕਿਹਾ ਵੀ ਉਹਨਾਂ ਨੂੰ ਤੁਸੀਂ ਦੱਸਿਆ ਵੀ ਹਾਂ ਗਲਤ ਸੀ ਨਾ, ਪਰ ਮੁੜ ਕੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਸਮਝਾ ਕੇ ਵਾਪਸ ਉੱਥੇ ਆਏ ਸੀ ਵੀ ਜੇ ਗੁਰੂ ਸਾਹਿਬ ਜੀ ਨੂੰ ਸਾਨੂੰ ਲੱਗਦਾ ਗਲਤ ਡਿਸੀਜਨ ਆ, ਪਰ ਗੁਰੂ ਸਾਹਿਬ ਜੀ ਜੇ ਨਾ ਸੰਭਾਲਦੇ ਤੇ ਗੁਰੂ ਅਰਜਨ ਸਾਹਿਬ ਜੀ ਦੇ ਮੋਹਰ ਜਿਹੜੀ ਸੀ ਉਸ ਲੋਕਾਂ ਨੂੰ ਸਪਸ਼ਟ ਨਹੀਂ ਹੋਣੀ ਕਿਉਂ ਲਾਈ ਆ, ਉਹ ਬੰਦਾ ਪ੍ਰਿਥੀ ਚੰਦ ਜਿਹੜਾ ਯੋਗ ਹੀ ਨਹੀਂ ਹੈਗਾ ਇਸ ਚੀਜ਼ ਦੇ, ਤੇ ਉਹਨੂੰ ਮੌਕਾ ਦੇਣਾ ਬਹੁਤ ਜ਼ਰੂਰੀ ਸੀ ਸਾਨੂੰ ਰਿਸਕ ਲੈਣ ਦਾ, ਓਪਰਚੁਨਿਟੀ ਅਗਲੇ ਨੂੰ ਦੇਣ ਦਾ, ਅਗਲੇ ਨੂੰ ਓਪਰਚੁਨਿਟੀ ਦੇ ਕੇ ਰਿਸਕ ਲੈਣਾ ਸਾਡੇ ਵਾਸਤੇ ਇੱਦਾਂ ਜ਼ਰੂਰੀ ਹੈ, ਤੁਸੀਂ ਇਹ ਗੱਲ ਸਮਝਾਉਂਦੇ ਪਏ ਸੀ, ਤੇ ਉਹ ਹੁਣ ਗੁਰੂ ਤੇ ਸ਼ੰਕਾ ਕਾਰਨ ਕੀਤਾ ਤੁਸੀਂ ਇਹ ਪ੍ਰਚਾਰਿਆ ਜਾ ਰਿਹਾ। ਨਹੀਂ ਨਹੀਂ ਹਾਂਜੀ, ਜਿਹੜਾ ਨਾ ਕੁਦਰਤ ਦਾ ਨਿਯਮ ਆ, ਹਾਂਜੀ ਹਾਂਜੀ, ਕੁਦਰਤ ਕੰਮ ਹੀ ਇਦਾਂ ਕਰਦੀ ਆ, ਜਿਹੜਾ ਨਾ ਸਹੀ ਪਾਸਾ ਆ ਉਹਦੇ ਉਹ ਜਿਹੜਾ ਬੰਦਾ ਸਹੀ ਪਾਸੇ ਖੜਾ ਹੁੰਦਾ ਆ ਉਹਦਾ ਪੱਖ ਪੂਰਨ ਦੇ ਲਈ ਜਿਹੜੀ ਸਾਰੀ ਕਾਇਨਾਤ ਆ ਨਾ, ਸਾਰੀ ਕੁਦਰਤ ਆ ਜਿਹੜੀ, ਉਹ ਤੁਰ ਪੈਂਦੀ ਉਧਰ ਨੂੰ। ਤੁਸੀਂ ਨਾ ਭਾਜੀ ਬਹੁਤ ਅੱਗੇ ਦੀਆਂ ਗੱਲਾਂ ਕਰਦੇ ਪਏ ਹੋ, ਕਪੂਰ ਕਹਿੰਦਾ ਜਦੋਂ ਕਿਸੇ ਨਾਲ ਬੰਦੀ ਨਾ ਹੋਵੇ ਲੱਗਦੀ ਹੋਵੇ, ਉਹਦੇ ਸਧਾਰਨ ਬੋਲ ਦੀ ਵਿਅੰਗ ਲੱਗਦੇ ਆ। ਇਹ ਤੁਹਾਡੀਆਂ ਗੱਲਾਂ ਤੇ ਬਹੁਤ ਅੱਗੇ ਨੀ ਕਿ ਤੂੰ ਬਚਦੀਆਂ, ਇਹਦੇ ਵਿਅੰਗ ਤੂੰ ਗਾਂਹ ਲੱਗਣ ਦੀਆਂ, ਤੇ ਮੈਂ ਇੰਨੀ ਬੇਨਤੀ ਕਰਨੀ ਸੀ ਵੀ ਉਹ ਇਹ ਬਹੁਤ ਵੱਡੀ ਗਲਤ ਫਹਿਮੀ ਆ, ਸਰੋਤਿਆਂ ਨੂੰ ਸਮਝ ਲੈਣਾ ਚਾਹੀਦਾ ਵੀ ਜਦੋਂ ਤੁਸੀਂ ਉਹ ਦੱਸਿਆ ਸੀ ਨਾ, ਤੁਸੀਂ ਪਰਪਸਲੀ ਕਿਹਾ ਸੀ ਵੀ ਸਾਨੂੰ ਡਿਸੀਜਨ ਗਲਤ ਲੱਗਦਾ ਨਾ ਗੁਰੂ ਸਾਹਿਬ ਦਾ, ਪਰ ਨਹੀਂ ਉਹਦੇ ਪਿੱਛੇ ਰਾਜ ਇਹ ਸੀ, ਬਸ ਉੰਨੀ ਕੁ ਚੀਜ਼ ਨੂੰ ਕੱਟ ਕੇ ਇਹਨਾਂ ਨੇ ਪੇਸ਼ ਕਰਨਾ ਵੀ ਆਹ ਦੇਖੋ ਜੀ ਗੁਰੂ ਸਾਹਿਬ ਜੀ ਤੇ ਸ਼ੰਕਾ ਕੀਤਾ ਇਹਨਾਂ ਨੇ, ਉਹ ਸਾਨੂੰ ਵੀ ਪਤਾ ਭਾਈ ਗੁਰੂ ਭੁੱਲ ਆ, ਗੁਰੂ ਗਲਤੀ ਨੀ ਕਰਦਾ, ਪਰ ਗੱਲ ਨੂੰ ਉੱਥੋਂ ਸਮਝਣ ਦੀ ਕੋਸ਼ਿਸ਼ ਕਰੋ, ਨੁਕਤਾ ਫੜਨ ਦੀ ਕੋਸ਼ਿਸ਼ ਕਰੋ, ਇੰਨੀ ਬੇਨਤੀ ਕਰਨੀ ਸੀ। ਵਾਹਿਗੁਰੂ ਜੀ, ਧੰਨਵਾਦ, ਤੇ ਆਪਾਂ ਮਿਲਾਂਗੇ ਅਗਲੇ ਦਿਨਾਂ ਚ ਬੁੱਧਵਾਰ ਪ੍ਰੋਗਰਾਮ ਸਿੱਖ ਪਾਤਸ਼ਾਹੀ ਵਿੱਚ। ਧੰਨਵਾਦ ਜੀ, ਰਿਪੀਟ ਚੱਲ ਰਿਹਾ ਪ੍ਰੋਗਰਾਮ ਦਾ ਤੇ ਅਸੀਂ ਤੁਹਾਨੂੰ ਉਹਦੇ ਨਾਲ ਜੋੜ ਦੇਣਾ ਆ, ਤੇ ਅਸੀਂ ਹੁਣ ਜਾਣਾ ਘਰ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।